ਲੋੜੀ ਦਾ ਤਿਉਹਾਰ ਅੱਜ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਨਾਂ ਨਾਲ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਮਨਾਇਆ ਗਿਆ ਸਿੰਘੂ ਬਾਰਡਰ ਟਿਕਰੀ ਬਾਰਡਰ ਗਾਜ਼ੀਪੁਰ ਬਾਰਡਰ ਜਾਂ ਫਿਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ਜਾਂ ਫਿਰ ਲੋਕਾਂ ਦੇ ਆਪਣੇ ਘਰ ਹੋਂ ਸਾਰੀਆਂ ਥਾਵਾਂ ਦੇ ਉੱਤੇ ਕ੍ਰਾਂਤੀਕਾਰੀ ਲੋੜੀ ਦਾ ਨਾਮ ਦਿੰਦੇ ਹੋਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਤਿਹਾਰ ਮਨਾਇਆ ਗਿਆ ਸਿਆਸਤਦਾਨ ਵੀ ਇਸ ਦੇ ਵਿੱਚ ਕੁਦਦੇ ਹੈਗੇ ਨੇ ਪੂਰੇ ਮੁਲਕ ਦੇ ਵਿੱਚ ਅੱਜ ਕਰੋੜਾਂ ਕਾਪੀਆਂ ਨੇ ਜਿਹੜੀਆਂ ਉਹ ਖੇਤੀ ਕਾਨੂੰਨਾਂ ਦੀਆਂ ਸਾੜ ਦਿੱਤੀਆਂ ਹੋਣਗੀਆਂ ਜਿਹੜੀ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਕੱਲ 4 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਇੱਕ ਮੈਂਬਰ ਕਹਿੰਦੇ ਨੇ ਕਿ ਸਾਡੇ ਤੇ ਵਿਸ਼ਵਾਸ ਰੱਖੋ ਅਸੀਂ ਨਿਆਂ ਕਰਾਂਗੇ ਇਸ ਪੂਰੇ ਮਸਲੇ ਦੇ ਵਿੱਚ ਗੁਰਦਾਸਪੁਰ ਤੋਂ ਐਮਪੀ ਬਣਾਇਆ ਸੀ ਪੰਜਾਬੀਆਂ ਨੇ ਜਿਹਨੂੰ ਸੰਨੀ ਦਿਓਲ ਨੂੰ ਉਹਨਾਂ ਦੇ ਮਾਤਾ ਜੀ ਵੀ ਹੁਣ ਹੇਮਾ ਮਾਲਨੀ ਵੀ ਕਹਿ ਰਹੇ ਨੇ ਕਿ ਕਿਸਾਨ ਨੇ ਜਿਹੜੇ ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਖੇਤੀ ਕਾਨੂੰਨਾਂ ਨੂੰ ਲੈ ਕੇ ਐਵੇਂ ਰੌਲਾ ਪਾਈ ਜਾਂਦੇ ਨੇ ਪੰਜਾਬ ਦੇ ਵਿੱਚ ਹੁਣ 5ਵੀਂ ਤੇ 8ਵੀਂ ਜਮਾਤ ਦੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਨੇ ਉਹਨਾਂ ਦੀ ਡੇਟਸ਼ੀਟ ਵੀ ਆ ਗਈ ਹੈ ਇਸ ਬੁਲੇਟਨ ਦੇ ਵਿੱਚ ਦੱਸਾਂਗੇ ਕੈਨੇਡਾ ਦੇ ਵੱਡੇ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਦੇ ਅਸਤੀਫੇ ਤੋਂ ਬਾਅਦ ਕੈਬਨਿਟ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਵੀ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਹੈ ਕੇਜਰੀਵਾਲ ਸਰਕਾਰ ਨੇ ਸਿਆਸਤਦਾਨ ਡਰ ਗਏ ਨੇ 16 ਤਰੀਕ ਤੋਂ ਦੇਸ਼ ਦੇ ਵਿੱਚ ਕਰੋਨਾ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਸਿਆਸਤਦਾਨ ਪਹਿਲੇ ਲੋਕਾਂ ਦੇ ਵਿੱਚ ਨਹੀਂ ਆਉਣਗੇ ਜਿਨ੍ਹਾਂ ਨੂੰ ਟੀਕੇ ਲੱਗਣਗੇ ਤਾਂ ਕਿਹੜੇ ਸੂਬੇ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪਹਿਲੇ ਗੇਟ ਦੇ ਵਿੱਚ ਲੀਡਰਾਂ ਨੂੰ ਵੀ ਟੀਕੇ ਲਾਏ ਜਾਣ ਅਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰ ਸ਼ਰਨਕਰ ਖੇਤੀ ਕਾਨੂੰਨਾਂ ਦਾ ਰੋਜ ਜਦੋਂ ਤੋਂ ਵਧਿਆ ਹੋਇਆ ਹੈ ਜਦੋਂ ਤੋਂ ਖੇਤੀ ਕਾਨੂੰਨ ਪਾਸ ਕੀਤੇ ਨੇ ਕੇਂਦਰ ਸਰਕਾਰ ਨੇ ਜਦੋਂ ਬਿੱਲ ਹੀ ਬਣਾਏ ਸੀਗੇ ਬਿਲ ਹੀ ਲਿਆਂਦੇ ਸੀ ਉਦੋਂ ਤੋਂ ਲੈ ਕੇ ਹੀ ਪੰਜਾਬ ਦੇ ਵਿੱਚ ਰੋਜ਼ ਸ਼ੁਰੂ ਹੋ ਰਿਹਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਤਿਹਾਰ ਆਏ ਨੇ ਪੰਜਾਬ ਦੇ ਵਿੱਚ ਸਾਰੇ ਖੇਤੀ ਕਾਨੂੰਨਾਂ ਦੇ ਨਾਤੇ ਹੀ ਮਨਾਏ ਗਏ ਨੇ ਯਾਨੀ ਕਿ ਕਹਿ ਲਿਏ ਕਿ ਪੰਜਾਬੀਆਂ ਨੇ ਕਿਸਾਨਾਂ ਨੇ ਕੋਈ ਵੀ ਤਿਹਾਰ ਚੱਜ ਨਾਲ ਨਹੀਂ ਮਨਾਇਆ ਦਸਹਿਰਾ ਵੀ ਐਵੇਂ ਹੀ ਲੰਘਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਪਹਿਲੀ ਵਾਰੀ ਸ਼ਾਇਦ ਰਿਕਾਰਡ ਹੋਏਗਾ ਜਦੋਂ ਇੱਕ ਸੂਬੇ ਦੇ ਲੋਕਾਂ ਦੇ ਵੱਲੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਸਿਰਫ ਇੱਕ ਪ੍ਰਧਾਨ ਮੰਤਰੀ ਦੇ ਹੀ ਪੁਤਲੇ ਫੂਕ ਦਿੱਤੇ ਜਾਣ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਵੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਦੀਵਾਲੀ ਵੀ ਕਾਲੀ ਮਨਾਈ ਗਈ ਉਸ ਤੋਂ ਬਾਅਦ ਹੁਣ ਲੋਹੜੀ ਦਾ ਤਿਹਾਰ ਆਇਆ ਚਾਹੇ ਨਵਾਂ ਸਾਲ ਆਇਆ ਸਾਰਾ ਕੁਝ ਕਿਸਾਨਾਂ ਦਾ ਇਸੇ ਤਰ੍ਹਾਂ ਹੀ ਨਿਕਲਿਆ ਹੈ ਪੂਰਾ ਸਾਲ ਪਹਿਲਾਂ ਕਰੋਨਾ ਕਰੋਨਾ ਚੱਲੀ ਗਿਆ ਉਸ ਤੋਂ ਬਾਅਦ ਹੁਣ ਖੇਤੀ ਕਾਨੂੰਨਾਂ ਦਾ ਵਿਰੋਧ ਚੱਲ ਰਿਹਾ ਹੈ ਸੋ ਅੱਜ ਵੀ ਲੋਹੜੀ ਦਾ ਤਿਉਹਾਰ ਹੈ ਜਿਹੜਾ ਉਹ ਕ੍ਰਾਂਤੀਕਾਰੀ ਲੋਹੜੀ ਦੇ ਵਜੋਂ ਕਿਸਾਨਾਂ ਦੇ ਵੱਲੋਂ ਮਨਾਇਆ ਗਿਆ ਸਾਡੀ ਕਾਦੀ ਲੋਹੜੀ ਹੈ ਸਾਡੀ ਤਾਂ ਕਾਲੀ ਲੋਹੜੀ ਹੈ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਜਿਹੜੇ ਸਾਡੇ ਸਿਰ ਤੇ ਥੋਪੇ ਨੇ ਇਹਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਸਾਨੂੰ ਕੋਈ ਤਿਉਹਾਰ ਚੰਗਾ ਹੀ ਨਹੀਂ ਲੱਗਦਾ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਗਟਾ ਰਹੇ ਲੋਕ ਖਾਸ ਕਰਕੇ ਬੀਬੀਆਂ ਇਹ ਕਹਿੰਦੀਆਂ ਦੇਖੀਆਂ ਸੁਣੀਆਂ ਗਈਆਂ ਦਿੱਲੀ ਦਾ ਸਿੰਗੂ ਬਾਰਡਰ ਟਿੱਕਰੀ ਬਾਰਡਰ ਸਭ ਥਾਵਾਂ ਦੇ ਉੱਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੱਡੇ ਪੱਧਰ ਤੇ ਸਾੜੀਆਂ ਗਈਆਂ ਕਿਸਾਨਾਂ ਨੇ ਲੋਹੜੀ ਦੁੱਲਾ ਪੱਟੀ ਨੂੰ ਸਮਰਪਿਤ ਕੀਤੀ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸਣੇ ਪੰਜਾਬ 'ਚ ਇਸ ਵਾਰ ਲੋਹੜੀ ਦਾ ਤਿਉਹਾਰ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੇ ਵੱਲੋਂ ਕ੍ਰਾਂਤੀਕਾਰੀ ਤਰੀਕੇ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਇੱਕ ਪਾਸੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਹਾਲੇ ਤੱਕ ਆਪਣੀ ਥਾਂ ਤੋਂ ਹਿੱਲ ਨਹੀਂ ਰਹੀ ਤਾਂ ਦੂਸਰੇ ਪਾਸੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ ਕਿਸਾਨ ਪੰਜਾਬ ਦੇ ਕਿਸਾਨਾਂ ਦੀ ਏਗਵਾਈ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਇਸ ਸੰਘਰਸ਼ ਨੂੰ ਨਿਤ ਨਵੇਂ ਜੋਸ਼ ਦੇ ਨਾਲ ਭਰ ਰਹੇ ਨੇ ਇਸੇ ਜੋਸ਼ ਦੇ ਵਿੱਚ ਹੋਰ ਗਰਮੀ ਲਿਆਉਂਦੇ ਆ ਕਿਸਾਨ ਜਥੇਬੰਦੀਆਂ ਨੇ ਲੋਹੜੀ ਦਾ ਤਿਹਾਰ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਦੇ ਭੁੱਗੇ ਦੇ ਵਿੱਚ ਸਾੜ ਕੇ ਮਨਾਇਆ ਗਿਆ ਸਿੰਘੂ ਬਾਰਡਰ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਵੱਡੇ ਕਿਸਾਨ ਲੀਡਰ ਪਹੁੰਚੇ ਉੱਥੇ ਮੋਰਚੇ ਦੇ ਵਿੱਚ ਸ਼ਾਮਲ ਲੋਕਾਂ ਦਾ ਵੀ ਵੱਡਾ ਇਕੱਠ ਸੀ ਵੱਡੀ ਧੂਣੀ ਜਿਹੜੀ ਵੱਡਾ ਭੁੱਗਾ ਬਾਲਿਆ ਗਿਆ ਇਥੇ 1 ਲੱਖ ਕਾਪੀਆਂ ਨੇ ਜਿਹੜੀਆਂ ਉਹ ਵੰਡੀਆਂ ਗਈਆਂ ਪ੍ਰਬੰਧਕਾਂ ਦੇ ਵੱਲੋਂ ਬਾਕੀ ਲੋਕ ਜਿਹੜੇ ਆਪਣੇ ਪੱਧਰ ਤੇ ਲਿਆਏ ਹੋਣਗੇ ਫੋਟੋਸਟੇਟ ਕਰਾ ਕੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਪਰ 1 ਲੱਖ ਕਾਪੀ ਹੈ ਜਿਹੜੀ ਉਹ ਤਾਂ ਪ੍ਰਬੰਧਕਾਂ ਦੇ ਵੱਲੋਂ ਹੀ ਕਿਸਾਨ ਪ੍ਰਬੰਧਕ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ ਹੀ ਵੰਡੀਆਂ ਗਈਆਂ ਤੇ ਸਾਰੇ ਵੱਡੇ ਲੀਡਰ ਬਲਵੀਰ ਸਿੰਘ ਰਾਜੀਵਾਲ ਹੋਣ ਜਗਜੀਤ ਸਿੰਘ ਡੱਲੇਵਾਲਾ ਜਾਂ ਫਿਰ ਹੋਰ ਜਿੰਨੇ ਵੀ ਲੀਡਰ ਹੈਗੇ ਨੇ ਉਹ ਸਾਰੇ ਇਸ ਮੌਕੇ ਸਿੰਘੂ ਬਾਰਡਰ ਤੇ ਸ਼ਾਮਿਲ ਸੀਗੇ

ਟਿੱਕਰੀ ਬਾਰਡਰ ਤੇ ਵੀ ਪਾਥੀਆਂ ਦਾ ਢੇਰ ਹੈ ਜਿਹੜਾ ਵੱਡਾ ਉਹ ਬਣਾਇਆ ਗਿਆ ਸੀ ਕਿਉਂਕਿ ਇੱਥੇ ਜ਼ਿਆਦਾਤਰ ਮਾਲਵੇ ਦੇ ਲੋਕਾਂ ਦੀ ਸ਼ਮੂਲੀਅਤ ਹੈਗੀ ਹੈ ਜਿਹੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਉਹ ਵੀ ਇੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਕੱਠ ਦੇ ਨਾਲ ਇੱਥੇ ਬੈਠੀ ਹੋਈ ਹੈ ਸੋ ਟਿੱਕਰੀ ਬਾਰਡਰ ਦੇ ਉੱਤੇ ਵੀ ਥਾਂ ਥਾਂ ਦੇ ਉੱਤੇ ਲੋਕਾਂ ਨੇ ਲੋੜੀ ਬਾਲੀ ਕਿਉਂਕਿ ਬਹੁਤ ਵੱਡਾ ਕਾਫਲਾ ਹੈ ਟਿੱਕਰੀ ਬਾਰਡਰ ਤੇ ਬਹੁਤ ਹੀ ਵੱਡਾ ਕਾਫਲਾ ਹੈ ਕਈ ਕਿਲੋਮੀਟਰ ਤੱਕ ਬਹਾਦਰਗੜ ਹਰਿਆਣਾ ਦੇ ਬਹਾਦਰਗੜ ਤੋਂ ਵੀ ਅੱਗੇ ਲੰਘ ਗਿਆ ਹੁਣ ਤੱਕ ਕਾਫਲਾ ਸੋ ਇੱਥੇ ਫਿਰ ਇੱਕ ਥਾਂ ਤੇ ਤਾਂ ਸਾਰੇ ਇਕੱਠੇ ਨਹੀਂ ਹੋ ਸਕਦੇ ਚਾਹੇ ਸਿੰਘੂ ਹੋਵੇ ਜਾਂ ਫਿਰ ਟਿੱਕਰੀ ਹੋਵੇ ਤੇ ਜਿੱਥੇ-ਜਿੱਥੇ ਵੀ ਲੋਕ ਇਕੱਠੇ ਹੋ ਸਕਦੇ ਸੀ ਜਿੰਨੇ-ਜਿੰਨੇ ਵੀ ਗਿਣਤੀ ਦੇ ਵਿੱਚ ਉਹਨੇ-ਉਨੇ ਲੋਕਾਂ ਨੇ ਇਕੱਠੇ ਹੋ ਕੇ ਲੋੜੀ ਹੈ ਜਿਹੜੀ ਉਹ ਖੇਤੀ ਕਾਨੂੰਨਾਂ ਨੂੰ ਸਾੜ ਕੇ ਮਨਾਈ ਕੋਈ ਗੁੜ ਰਿਓੜੀਆਂ ਨਹੀਂ ਵੰਡੀਆਂ ਗਈਆਂ ਸਿਰਫ ਖੇਤੀ ਕਾਨੂੰਨਾਂ ਨੂੰ ਸਾੜ ਕੇ ਜਿਹੜੇ ਕਿਸਾਨਾਂ ਨੂੰ ਇਸ ਵਕਤ ਬੁਰਾਈ ਦੇ ਪ੍ਰਤੀਕ ਲੱਗਦੇ ਨੇ ਉਹਨਾਂ ਦੇ ਨਾਮ ਦੇ ਉੱਤੇ ਖੇਤੀ ਕਾਨੂੰਨ ਸਾੜੇ ਗਏ ਜਿਵੇਂ ਲੋਹੜੀ ਦਾ ਤਿਉਹਾਰ ਹੁੰਦਾ ਹੈ ਇਸ਼ਰ ਆ ਦਲਿੱਦਰ ਜਾਂ ਦਲਿੱਦਰ ਦੀ ਜੜ ਚੁੱਲ੍ਹੇ 'ਪਾ ਇਸ ਤਰੀਕੇ ਦੇ ਨਾਲ ਤਿਲ ਨੇ ਜਿਹੜੇ ਉਹ ਲੋਹੜੀ ਦੇ ਵਿੱਚ ਸੁੱਟੇ ਜਾਂਦੇ ਨੇ ਸਾੜੇ ਜਾਂਦੇ ਨੇ ਤੇ ਕਿਸਾਨਾਂ ਦੇ ਵੱਲੋਂ ਜਿਹੜੇ ਬੁਰਾਈ ਦਾ ਪ੍ਰਤੀਕ ਜਿਨ੍ਹਾਂ ਨੂੰ ਉਹ ਲੀਡਰ ਮੰਨ ਰਹੇ ਨੇ ਉਹਨਾਂ ਦੇ ਨਾਮ ਤੇ ਉਹਨਾਂ ਨੇ ਕਾਪੀਆਂ ਜਿਹੜੀਆਂ ਉਹ ਸਾੜੀਆਂ ਸਿੰਘੂ ਬਾਰਡਰ ਤੇ ਬੱਬੂ ਮਾਨ ਪੰਜਾਬੀ ਕਲਾਕਾਰ ਨੇ ਜਿਹੜੇ ਉਹ ਵੀ ਕਿਸਾਨਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾਉਣ ਦੇ ਲਈ ਪਹੁੰਚੇ ਕ੍ਰਾਂਤੀਕਾਰੀ ਰੂਪ ਦੇ ਵਿੱਚ ਬੱਬੂ ਮਾਨ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਲੱਗਦਾ ਹੈ ਕਿ ਪੰਜਾਬੀ ਪਿੱਛੇ ਮੁੜ ਜਾਣਗੇ ਪਰ ਇਹ ਸਾਡਾ ਇਤਿਹਾਸ ਰਿਹਾ ਹੈ ਕਿ ਪੰਜਾਬੀ ਪਿੱਛੇ ਨਹੀਂ ਹਟਣ ਵਾਲੇ ਪੰਜਾਬੀ ਤਾਂ ਦੂਸਰਿਆਂ ਦੇ ਹੱਕਾਂ ਦੀ ਖਾਤਰ ਢਾਲ ਬਣ ਕੇ ਖੜੇ ਜਾਂਦੇ ਖੜ ਜਾਂਦੇ ਨੇ ਤੇ ਹੁਣ ਤਾਂ ਉਹਨਾਂ ਦੇ ਆਪਣੇ ਵजूद ਦੀ ਗੱਲ ਹੈ ਸਿਰੜ ਦੇ ਪੱਕੇ ਹੁੰਦੇ ਨੇ ਹੱਲਣ ਵਾਲੇ ਨਹੀਂ ਹੈਗੇ ਤੇ ਸਾਡੇ ਲਈ ਲੋੜ ਹੀ ਹੈ ਜਿਹੜੀ ਉਹ ਦਰਦ ਦਾ ਪੈਗਾਮ ਹੈ ਇਹ ਕੋਈ ਤਿਉਹਾਰ ਨਹੀਂ ਹੈ ਇਸ ਵਾਰ ਸਾਡੇ ਲਈ ਕਿਉਂਕਿ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਲੁੱਟੀਆਂ ਜਾ ਰਹੀਆਂ ਨੇ ਅਨਨਿਤੀ ਦਾ ਇਹ ਤਰੀਕਾ ਹੁੰਦਾ ਹੈ ਕਿ ਬਾਹਰਤਲਾਬ ਵੀ ਜਾਰੀ ਰੱਖੀ ਜਾਵੇ ਔਰ ਆਪ ਦਾ ਪ੍ਰੈਸ਼ਰ ਵੀ ਬਿਲਡ ਕਰਾਇਆ ਜਾਵੇ ਸਰਕਾਰ ਆਪਣੇ ਵੇਰ ਨਾਲ ਪ੍ਰੈਸ਼ਰ ਬਿਲਡ ਕਰਦੀ ਹੈ ਕਿਸਾਨ ਆਪਣੇ ਵੇਰ ਨਾਲ ਕਰਦੇ ਆ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਤੁਸੀਂ ਕਿਸੇ ਵੀ ਸਟੇਟ 'ਚ ਜਾਓ ਜਦੋਂ ਕੋਈ ਤੁਹਾਡਾ ਬਾਹਰਲੀ ਸਟੇਟ ਵਾਲੇ ਨਾਲ ਝਗੜਾ ਹੁੰਦਾ ਹੈ ਤਾਂ ਉਸ ਸਟੇਟ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ ਕਿਸੇ ਵੀ ਸਟੇਟ 'ਚ ਚਲੇ ਜਾਓ ਪਰ ਪੰਜਾਬ ਇੱਕ ਐਸੀ ਸਟੇਟ ਆ ਤੁਸੀਂ ਕਦੇ ਵੀ ਨੋਟ ਕਰ ਲਿਓ ਜੇ ਤੁਸੀਂ ਦੂਜੀ ਸਟੇਟਾਂ ਨਾਲ ਲੜੋਗੇ ਤਾਂ ਪੰਜਾਬੀ ਦੂਜੇ ਪਾਸੇ ਖੜਾ ਹੋ ਜਾਊਗਾ ਇਹ ਇਹ ਸਾਡੇ ਖੂਨ ਚ ਹੈ ਸੋ ਅਸੀਂ ਆਪਣੇ ਹੱਕਾਂ ਲਈ ਗੱਲ ਕਰ ਰਹੇ ਆਂ ਔਰ 100% ਸਾਨੂੰ ਮਿਲ ਜਾਣੇ ਚਾਹੀਦੇ ਆਂ ਸਰਕਾਰ ਕੋਲ ਕੁਝ ਨਹੀਂ ਸਟੈਂਡ ਜਿੱਦਾਂ ਲੈ ਲੰਦਾ ਬੰਦਾ ਸਟੈਂਡ ਲੈ ਗਿਆ ਉਹ ਬਸ ਸਰਕਾਰ ਸਟੈਂਡ ਲੈ ਗਈ ਵੀ ਪਿੱਠ ਲੱਗੀ ਹੋਣਾ ਸਿੰਗੂ ਬਾਰਡਰ ਤੇ ਹੁਣ ਤੱਕ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਰਜੀ ਗੁਰਦੁਆਰਾ ਸਾਹਿਬੀ ਸਥਾਪਿਤ ਕੀਤਾ ਗਿਆ ਹੈ ਤੇ ਲੋਹੜੀ ਵਾਲੇ ਦਿਨ ਯਾਨੀ ਕਿ 13 ਜਨਵਰੀ ਨੂੰ ਇਥੇ ਸ਼੍ਰੀ ਖੰਡ ਪਾਠ ਸਾਹਿਬ ਆਰਾਮ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਭੋਗ ਨੇ ਜਿਹੜੇ ਉਹ 15 ਜਨਵਰੀ ਨੂੰ ਪਾਏ ਜਾਣਗੇ ਤੇ ਪੂਰਾ ਹਫਤਾ ਜਿਹੜਾ ਹੈਗਾ ਉਹ ਕਿਸਾਨਾਂ ਦੇ ਵੱਲੋਂ ਐ ਐਲਾਨ ਕੀਤਾ ਗਿਆ ਕਿ ਇਸੇ ਤਰੀਕੇ ਦੇ ਨਾਲ ਲਗਾਤਾਰ ਸਮਾਗਮ ਕਰਵਾ ਕੇ ਹੀ ਮਨਾਇਆ ਜਾਏਗਾ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਕਿਸਾਨ ਲੀਡਰਾਂ ਨੇ ਮਾਗੀ ਦਾ ਦਿਹਾੜਾ ਜਿਹੜਾ ਕਿ 14 ਜਨਵਰੀ ਨੂੰ ਆਉਣਾ ਹੈ ਮਾਗੀ ਦੇ ਦਿਹਾੜੇ ਨੂੰ ਵੀ ਮੁਖਤਰ ਸਾਹਿਬ ਦੇ 40 ਸ਼ਹੀਦ ਮੁਕਤਿਆਂ ਨੂੰ ਸਮਰਪਿਤ ਕਰਨ ਦਾ ਐਲਾਨ ਕਰਦੇ ਹੋਏ ਇਹ ਕਿਹਾ ਹੈ ਕਿ 14 ਜਨਵਰੀ ਦੇ ਦਿਨ ਸਟੇਜ ਤੋਂ ਸਾਰਾ ਦਿਨ ਸ਼ਬਦ ਕੀਰਤਨ ਗੁਰਬਾਣੀ ਕੀਰਤਨ ਹੈ ਜਿਹੜਾ ਉਹਦਾ ਪ੍ਰਵਾਹ ਚੱਲੇਗਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜੰਗ ਹੋਈ ਸੀ ਜਿਹੜੀ ਮੁਗਲਾਂ ਤੇ ਸਿੰਘਾਂ ਦੇ ਵਿਚਕਾਰ ਉਹਦੇ ਵਿੱਚ 40 ਮੁਕਤਿਆਂ ਨੇ ਸ਼ਹੀਦੀਆਂ ਪਾਈਆਂ ਸੀ ਤੇ ਉਸੇ ਜੰਗ ਦੇ ਦਰਮਿਆਨ ਆ ਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਜਿਹੜਾ ਹੈ ਮਾਫੀ ਵੀ ਮੰਗੀ ਸੀ ਤੇ ਮੁਕਤੀ ਦੀ ਦਾਤ ਹੈ ਜਿਹੜੀ ਉਹ ਪ੍ਰਾਪਤ ਕੀਤੀ ਸੀ ਉਹਨਾਂ ਨੂੰ ਸਮਰਪਿਤ ਕੀਤਾ ਹੈ ਕਿਸਾਨ ਲੀਡਰਾਂ ਨੇ 14 ਜਨਵਰੀ ਦਾ ਦਿਨ ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ 11 ਜ਼ਿਲ੍ਹਿਆਂ ਦੇ ਕਈ ਸੈਂਕੜੇ ਪਿੰਡਾਂ ਦੇ ਵਿੱਚ ਲੋੜੀ ਮੌਕੇ ਪੁਗਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਗਈਆਂ ਸੂਬਾ ਜਰਨਲ ਸਕੱਤਰ ਸਰਵੰਤ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ 11 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਮੁਕਤਸਰ ਮੋਗਾ ਜਲੰਧਰ ਫਰੀਦਕੋਟ ਆਦ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਲੋੜੀ ਮੌਕੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਤੇ ਬੱਚਿਆਂ ਬਜ਼ੁਰਗਾਂ ਬੀਬੀਆਂ ਨੌਜਵਾਨਾਂ ਸਭ ਨੇ ਇਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਜਥੇਬੰਦੀ ਦੇ ਸੱਦੇ ਦੇ ਉੱਤੇ ਪੂਰੇ ਪੰਜਾਬ ਦੇਸ਼ ਦੁਨੀਆ ਦੇ ਵਿੱਚ ਕਰੋਨਾ ਲੋਕਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਉਹ ਸਾਰੀਆਂ ਨੇ ਇਹ ਦਾਵਾ ਕੀਤਾ ਹੈ ਤੇ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਪਿੰਡ ਪੰਧੇਰਕਲਾਂ ਦੇ ਵਿੱਚੋਂ ਹੀ ਕੀਤੀ ਗਈ ਜਿੱਥੇ ਸਾਰੇ ਪਿੰਡ ਦੀਆਂ ਬੀਬੀਆਂ ਕਿਸਾਨ ਮਰਦ ਨੌਜਵਾਨ ਬੱਚੇ ਇਹਨਾਂ ਸਾਰਿਆਂ ਨੇ ਰਲ ਕੇ ਲੋਹੜੀ ਦਾ ਭੁੱਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਪੂਰੇ ਰੋ ਨਾਲ ਇਕੱਠੇ ਹੋਏ ਲੋਕਾਂ ਨੇ ਪਹਿਲਾਂ ਲੋਹੜੀ ਦੀ ਅੱਗ ਬਾਲ ਕੇ ਖੇਤੀ ਕਾਨੂੰਨਾਂ ਨਹੀਂ ਕਾਪੀਆਂ ਫੂਕੀਆਂ ਉਸ ਤੋਂ ਬਾਅਦ ਪੂਰੇ ਜੋਸ਼ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਪ੍ਰਧਾਨ ਮੰਤਰੀ ਮੁਰਦਾਬਾਦ ਦੇ ਨਾਰੇ ਵੀ ਲਾਏ ਮੁਰਦਾਬਾਦ ਮੁਰਦਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਕੋਈ ਲੋੜੀ ਵਾਲੇ ਦਿਨ ਹੀ ਨਹੀਂ ਖਤਮ ਹੋ ਜਾਏਗਾ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ ਖਾਲਸਾ ਕਾਲਜ ਦੇ ਵਿੱਚ ਵੀ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਦੇ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਹੋਇਆਂ ਇਸੇ ਲਹਿਰ ਦੇ ਮੁਤਾਬਕ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਪਾੜ ਕੇ ਫੂਕ ਦਿੱਤੀਆਂ ਗਈਆਂ ਉਹਨਾਂ ਨੇ ਕਾਪੀਆਂ ਨੂੰ ਪਹਿਲਾਂ ਤਾਂ ਪਾੜ ਦਿੱਤਾ ਤੇ ਫਿਰ ਭੁੱਗੇ ਦੇ ਵਿੱਚ ਫੂਕ ਦਿੱਤਾ ਭੁੱਗਾ ਮਾਝੇ ਵੱਲ ਲੋੜੀ ਨੂੰ ਹੀ ਕਹਿੰਦੇ ਨੇ ਲੋੜੀ ਦੀ ਧੂਣੀ ਨੂੰ ਮਾਲਵੇ ਵੱਲ ਧੂਣੀ ਕਿਹਾ ਜਾਂਦਾ ਮਾਝੇ ਦੇ ਵਿੱਚ ਭੁੱਗਾ ਕਿਹਾ ਜਾਂਦਾ ਤੇ ਸਾਰੇ ਨੇ ਜਿਹੜੇ ਉਹ ਇੱਕ ਸੁਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਨਜ਼ਰ ਆਏ ਸੁਲਤਾਨਪੁਰ ਲੋਧੀ ਵਿੱਚ ਵੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸੜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਇਸ ਦੇ ਨਾਲ ਨਾਲ ਇੱਕ ਅਹਿਦ ਵੀ ਲਿਆ ਹੈ ਜਿਹੜਾ ਮਾਗੀ ਮੌਕੇ ਵੀ ਅਹਿਦ ਲੈਣ ਦੀ ਗੱਲ ਕੀਤੀ ਗਈ ਹੈ ਕਿ ਮਾਗੀ ਮੌਕੇ ਜਿਸ ਤਰੀਕੇ ਦੇ ਨਾਲ ਜਿਹੜੇ ਵੀ ਧਰਮ ਦੇ ਲੋਕ ਮਾਗੀ ਦਾ ਤਿਹਾਰ ਮਨਾਉਂਦੇ ਨੇ ਉਵੇਂ ਹੀ ਮਨਾਉਣ ਪਰ ਇਸ ਮੌਕੇ ਅਹਿਦ ਜ਼ਰੂਰ ਲੈਣ ਕਿ ਜਿਹੜਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਛੜਿਆ ਸੰਘਰਸ਼ ਹੈਗਾ ਜਿਹੜਾ ਉਹ ਆਪਣੇ ਜਿੱਤ ਪ੍ਰਾਪਤ ਕਰਕੇ ਹੀ ਖਤਮ ਹੋਏ ਤੇ ਇਹਦੇ ਵਿੱਚ ਲੋਕ ਹੋਰ ਜੁਟਣ ਹੋਰ ਇਹ ਤਿੱਖਾ ਹੋਵੇ ਸੰਘਰਸ਼ ਇਸ ਦੀਆਂ ਅਰਦਾਸਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੇ ਕਿਸਾਨ ਲੀਡਰਾਂ ਨੇ ਅਪੀਲ ਕੀਤੀ ਸੀ ਜਿਵੇਂ ਸਾਡੇ ਅੰਦੋਲਨ ਨੂੰ ਬਦਨਾਮ ਕਰ ਲਈ ਜੋ ਸਰਕਾਰ ਨਾ ਕਰ ਸਕੀ ਉਹ ਅਦਾਲਤਾਂ ਕੋ ਕਰਾਉਣ ਦੇ ਯਤਨ ਕੀਤੇ ਜਾ ਰਹੇ ਆ ਜਿਹੜੀ ਕਮੇਟੀ ਦੀ ਗੱਲ ਆ ਰਹੀ ਆ ਲਗਭਗ ਜਿਆਦਾਤਰ ਤੇ ਸਾਰੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੀ ਬਣ ਜਾਣਾ ਇਹਨੂੰ ਰੱਦ ਕਰਨਾ ਵਾ ਅਸੀਂ ਸਾਰਿਆਂ ਨੇ ਰਲ ਕੇ ਵੀ ਸਾਨੂੰ ਨਹੀਂ ਮਨਜ਼ੂਰ ਹੋਗੀ ਕਿਉਂਕਿ ਸਰਕਾਉ ਬੰਦੇ ਜਿਹੜੇ 4 ਬੰਦੇ ਨੇ ਉਹ ਪਹਿਲੋ ਸਰਕਾਰ ਦੇ ਹੱਕ ਵਿੱਚ ਲਿਖ ਚੁੱਕੇ ਨੇੜੇ ਕਮੇਟੀ ਦੇ ਵਿੱਚ ਸ਼ਾਮਲ ਨੇ 26 ਦਾ ਪ੍ਰੋਗਰਾਮ ਪਰੇਟ ਆਲਾ ਸ਼ਾਂਤ ਮੈਤਰੀ ਤਰੀਕੇ ਨਾਲ ਆਪਾਂ ਕਰਾਂਗੇ ਇਹ 30 ਤੱਕ ਉੱਥੇ ਰਹੂਗਾ ਇਹ ਤੋਂ ਬਾਅਦ 20 ਤਰੀਕ ਨੂੰ ਤਰਨਤਾਰਨ ਦਾ ਟਰੈਕਟਰ ਟਰਾਲੀਆਂ ਦਾ ਲੱਖਾਂ ਟਰੈਕਟਰ ਟਰਾਲੀਆਂ ਦਿੱਲੀ ਵੱਲ ਨੂੰ ਕੂਚ ਕਰਨ ਗਿਆ ਭਰਾਓ 20 25 ਦਿਨ ਦੇ ਪ੍ਰੋਗਰਾਮ ਬਣਾ ਕੇ ਆਇਓ ਲੰਮਾ ਅੰਦੋਲਨ ਚੱਲਣਾ ਤੇ ਅਸੀਂ ਲੰਮਾ ਚਲਾਵਾਂਗੇ ਚੰਡੀਗੜ੍ਹ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋੜੀ ਦਾ ਤਿਉਹਾਰ ਹੈ ਜਿਹੜਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਮਨਾਇਆ ਗਿਆ ਤੇ ਪਲਾਜ਼ਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇਕੱਠੇ ਹੋਏ ਇਸ ਮੌਕੇ ਫਿਲਮ ਅਦਾਕਾਰਾ ਗੁਲਪਨਾਗ ਵੀ ਇਸ ਮੌਕੇ ਪਹੁੰਚੀ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸ ਹੱਦ ਤੱਕ ਸਿਰਫ ਕਿਸਾਨਾਂ ਨੂੰ ਹੀ ਨਹੀਂ ਆਮ ਲੋਕਾਂ ਨੂੰ ਵੀ ਕੁਚਲ ਕੇ ਰੱਖ ਦੇਣ ਵਾਲੀਆਂ ਨੇ ਸੋ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਰਿਲਾਇੰਸ ਸਟੋਰ ਦੇ ਮੂਹਰੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਆਮ ਆਦਮੀ ਪਾਰਟੀ ਸਿਆਸਤ ਦੀ ਵੀ ਜ਼ਰੂਰ ਗੱਲ ਕਰ ਲੈਣੇ ਆ ਕਿਸਾਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਸੰਗਰੂਰ ਦੇ ਵਿੱਚ ਵਿਧਾਇਕ ਅਮਨ अरोड़ा ਤੇ ਲੁਧਿਆਣਾ ਦੇ ਵਿੱਚ ਐਮਪੀ ਭਗਵੰਤ ਮਾਨ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਕਾਂਗਰਸ ਵੀ ਪਿੱਛੇ ਨਹੀਂ ਰਹੀ ਕਾਂਗਰਸ ਨੇ ਦਿੱਲੀ ਦੇ ਜੰਤਰ ਮੰਤਰ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਤਰਨਤਾਰਨ ਦੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਇਸ ਜਥੇਬੰਦੀ ਦੇ ਵੱਲੋਂ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਵੱਲੋਂ ਕਾਲੇ ਕਾਨੂੰਨਾਂ ਸੰਬੰਧੀ ਸ਼ਹਿਰ ਦੇ ਵਿੱਚ ਪਹਿਲਾਂ ਰੋਸ ਮਾਰਚ ਕੱਢਿਆ ਗਿਆ ਤੇ ਫਿਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਮੁਲਤਵੀ ਕੀਤੇ ਨੇ ਤੇ ਫੈਸਲਾ ਹਾਕਮਾਂ ਦੇ ਝੂਠ ਤੇ ਲਾਈ ਹੋਈ ਮੋਹਰ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਅਤੇ ਨਵੰਬਰ 84 ਕਤਲੇਆਮ ਸਮੇਂ ਤੇ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਸਮੇਂ ਵੀ ਸੁਪਰੀਮ ਬਣ ਕੇ ਨਹੀਂ ਵਿਖਾਇਆ ਤੇ ਸਰਕਾਰਾਂ ਦੇ ਵੱਲੋਂ ਗੈਰ ਕਾਨੂੰਨੀ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਜਾਂ ਕੀਤੀਆਂ ਗਈਆਂ ਨੇ ਉਹਨਾਂ ਤੇ ਗੈਰ ਸੰਵਿਧਾਨਿਕ ਜਿਹੜੀਆਂ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਆ ਉਹਨਾਂ ਦਾ ਕਦੇ ਵੀ ਨੋਟਿਸ ਨਹੀਂ ਲਿਆ ਉਹਨਾਂ ਇਲਜ਼ਾਮ ਲਾਇਆ ਕਿ ਨਿਆ ਪਾਲਕਾ ਕਿਸਾਨਾਂ ਦੀ ਬਾਹ ਫੜਨ ਦੀ ਬਜਾਏ ਅੰਬਾਨੀਆਂ ਅਡਾਨੀਆਂ ਦੀ ਬਾਹ ਫੜ ਰਹੀ ਹੈ ਤੇ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਇਹ ਗੱਲ ਸਿਰਫ ਪੰਜਾਬ ਜਾਂ ਫਿਰ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਭਾਰਤੀ ਲੋਕ ਵੱਸਦੇ ਨੇ ਪੰਜਾਬੀ ਲੋਕ ਵੱਸਦੇ ਨੇ ਜਿਨ੍ਹਾਂ ਨੂੰ ਪਤਾ ਹੈ ਲੋਹੜੀ ਦੇ ਤਿਉਹਾਰ ਦਾ ਜਿਹੜੇ ਕਿਸਾਨਾਂ ਦੇ ਨਾਲ ਹਮਾਇਤ ਰੱਖਦੇ ਨੇ ਉਹਨਾਂ ਨੇ ਵੀ ਆਪੋ ਆਪਣੀਆਂ ਥਾਵਾਂ ਤੇ ਭਾਵੇਂ ਜਿਹੜੇ ਮੁਲਕ ਦੇ ਵਿੱਚ ਇਸ ਵਕਤ ਪੂਰੀ ਗਰਮੀ ਪੈ ਰਹੀ ਆ ਉਹਨਾਂ ਨੇ ਵੀ ਲੋੜੀ ਦੀ ਅੱਗ ਸੰਕੇਤਕ ਰੂਪ ਦੇ ਵਿੱਚ ਬਾਲ ਕੇ ਉੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜੜੀਆਂ ਉਹ ਸੜੀਆਂ ਨੇ ਇਹ ਸਰਕਾਰ ਦੇ ਖਿਲਾਫ ਜਿਹੜਾ ਉੱਠਿਆ ਰੋ ਹੈ ਉਹ ਸਿਰਫ ਸਿਆਣੇ ਬਜ਼ੁਰਗਾਂ ਨੌਜਵਾਨਾਂ ਜਾਂ ਫਿਰ ਕੱਲੇ ਬੀਬੀਆਂ ਦੇ ਵਿੱਚ ਹੀ ਨਹੀਂ ਹੈਗਾ ਬੱਚੇ ਵੀ ਪਿੱਛੇ ਨਹੀਂ ਹਟੇ ਬੰਗੇ ਤੋਂ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਲੰਧਰ ਦੇ ਬੰਗਾ ਕਸਬੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੱਚੇ ਦੀ ਵੀਡੀਓ ਜਿਹੜੀ ਸਾਨੂੰ ਹਾਸਲ ਹੋਈ ਹੈ ਗੁਰਕੀਰਤ ਹਰਕੀਰਤ ਸਿੰਘ ਇਸ ਬੱਚੇ ਦਾ ਨਾਮ ਹੈ ਤੇ ਜਿਸ ਤਰੀਕੇ ਦੇ ਨਾਲ ਕਵਿਤਾ ਇਹ ਗੁਰਦੁਆਰੇ ਦੇ ਵਿੱਚ ਸਰੋਵਰ ਦੇ ਕੰਡੇ ਤੇ ਖੜ ਕੇ ਬੱਚਾ ਪੜ ਰਿਹਾ ਹੈ ਜਿਸ ਤਰੀਕੇ ਦੇ ਨਾਲ ਲਲਕਾਰ ਰਿਹਾ ਹੈ ਸਮਝਿਆ ਜਾ ਸਕਦਾ ਹੈ ਕਿ ਇਹ ਜਿਹੜਾ ਰੋ ਹੈ ਕੋਈ ਛੋਟੀ ਮੋਟਾ ਛੋਟਾ ਮੋਟਾ ਰੋ ਨਹੀਂ ਰਿਹਾ ਇਹ ਰੋ ਹੈ ਜਿਹੜਾ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਫੈਲ ਚੁੱਕਿਆ ਹੈ ਹਰ ਦਿਲ ਦੇ ਵਿੱਚ ਇਸ ਨੇ ਇੱਕ ਚਿੰਗਾਰੀ ਹੈ ਜਿਹੜੀ ਉਹ ਜਗਾ ਦਿੰਦੀ ਹੈ ਹੁਣ ਹਾਕਮਾਂ ਦਾ ਜਿਹੜਾ ਜ਼ੁਲਮ ਹੈ ਉਹਦੇ ਖਿਲਾਫ ਬੱਚਾ-ਬੱਚਾ ਬੋਲਣ ਲੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੂਚ ਕਰ ਗਈਆਂ ਧਰਤ ਪੰਜਾਬ ਦੀ ਤੋਂ ਲਾਲ ਕਿਲੇ ਤੋਂ ਲੈਣ ਲਈ ਹੱਕ ਫੌਜਾਂ ਪੱਥਰ ਧੂੜ ਸਿੱਟੇ ਤੋੜਦੀ ਤਾਰਕੰਡਾ ਬੈਰੀ ਗੇਟ ਗਈਆਂ ਨੇ ਟੱਪ ਫੌਜਾਂ ਅਥਰੂ ਗੈਸ ਦੇ ਚੀਰ ਕੇ ਪੌਣੀਆਂ ਨੂੰ ਪਾਉਂਦੀਆਂ ਜਾਂਦੀਆਂ ਵੇਖ ਲੈ ਟੱਪ ਫੌਜਾਂ ਫਤੇ ਕਰੂਗਾ ਕਿਸਾਨ ਕੱਲ ਦਿੱਲੀ ਨੂੰ ਡੇਰੇ ਲਾ ਕੇ ਬੈਗੀਆਂ ਨੇ ਦਿੱਲੀ ਵਿੱਚ ਫੌਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਖੇਤੀਬਾੜੀ ਮੰਤਰੀ ਨਦੀਂਦਰ ਤੋਮਰ ਨੇ ਵੀ ਲਾਈਵ ਹੋ ਕੇ ਖੇਤੀ ਕਾਨੂੰਨਾਂ ਦੇ ਬਾਰੇ ਕੀ ਬਿਆਨ ਦਿੱਤੇ ਨੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਕੀ ਕਿਹਾ ਹੈ ਲੋਹੜੀ ਦੇ ਮੌਕੇ ਇਹ ਤੁਹਾਨੂੰ ਦੱਸਦੇ ਹਾਂ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਯੂਨੋ ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਰੋਮ ਇਟਲੀ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਹੱਕ ਅਤੇ ਇਨਸਾਫ਼ ਦੇ ਲਈ ਦੁਨੀਆ ਭਰ ਦੀ ਪਹਿਲੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ ਜਿਦੇ ਵਿੱਚ ਯੂਰਪ ਭਾਰਤ ਤੋਂ ਲੋਕ ਸ਼ਾਮਿਲ ਹੋਣਗੇ ਇਕੱਲੇ ਰੋਮ ਜਾਂ ਇਟਲੀ ਦੇ ਲੋਕ ਸ਼ਾਮਿਲ ਨਹੀਂ ਹੋਣਗੇ ਪਹਿਲੀ ਰੈਲੀ ਇਸ ਕਰਕੇ ਕਹੀ ਜਾ ਰਹੀ ਹੈ ਕਿਉਂਕਿ ਇਸ ਰੈਲੀ ਨੂੰ ਕਰਵਾਉਣ ਵਾਲੇ ਪ੍ਰਬੰਧਕ ਯੂਨੋ ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਟੇਬਲ ਟਾਕ ਕਰਨਗੇ ਜੋ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤਬਾਹ ਕਰਨ ਲਈ ਬਣਾਏ ਬਿੱਲਾਂ ਦੇ ਬਾਰੇ ਜਾਣਕਾਰੀ ਦੇਣਗੇ ਜਿਦੇ ਵਿੱਚ ਯੂਰਪ ਭਰ ਤੋਂ ਬਹੁਤ ਹੀ ਸੂਝਵਾਨ ਤੇ ਪੜ੍ਹੇ ਲਿਖੇ ਨੌਜਵਾਨ ਸ਼ਾਮਿਲ ਹੋਣਗੇ ਇਸ ਟੇਬਲ ਟਾਕ ਦੇ ਵਿੱਚ ਤੇ ਪ੍ਰਬੰਧਕ ਸੰਸਥਾ ਹੈਗੀ ਹੈ ਜਿਹੜੀ ਮੂਵਮੈਂਟ ਅਗੇਂਸਟ ਐਟਰੋਸਿਟیز ਐਂਡ ਰਿਪਰੈਸ਼ਨ ਦੇ ਵੱਲੋਂ ਇੱਕ ਪਟੀਸ਼ਨ ਸਾਈਨ ਕਰਨ ਦੇ ਲਈ ਜਾਰੀ ਕੀਤੀ ਗਈ ਹੈ ਤੇ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਜਿਹੜਾ ਲਿੰਕ ਹੈਗਾਗਾ ਉਹਦੇ ਤੇ ਜਾ ਕੇ ਦਸਤਖਤ ਕੀਤੇ ਜਾਣ ਤਾਂ ਜੋ ਭਾਰਤ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ change.org ਦੇ ਉੱਤੇ ਇਹ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਹੈ ਜਿਸ ਤੇ ਜਾ ਕੇ ਤੁਸੀਂ ਦਸਤਖਤ ਕਰ ਸਕਦੇ ਹੋ ਸੁਖੇਤੀਬੜੀ ਮੰਤਰੀ ਨਰਿੰਦਰ ਤੋਮਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋਣ ਤੇ ਲੋਹੜੀ ਵਾਲੇ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯੋਜਨਾ ਨੂੰ ਸਫਲ ਕਰਨ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦਾ ਪੂਰਾ ਯੋਗਦਾਨ ਰਿਹਾ ਹੈ ਦੇਸ਼ ਦੇ ਵਿੱਚ ਕਿਸਾਨਾਂ ਦੇ ਮਹੱਤਵ ਨੂੰ ਅਸੀਂ ਭਲੀ ਭਾਂਤ ਜਾਣਦੇ ਹਾਂ ਦੇਸ਼ ਦੀ ਅੱਧੀ ਆਬਾਦੀ ਨੂੰ ਰੋਜ਼ਗਾਰ ਹੈ ਜਿਹੜਾ ਉਹ ਖੇਤੀਬਾੜੀ ਖੇਤਰ ਹੀ ਪ੍ਰਦਾਨ ਕਰਦਾ ਹੈ ਕਰੋਨਾ ਮਹਾਮਾਰੀ ਦੌਰਾਨ ਵੀ ਖੇਤੀਬਾੜੀ ਸੈਕਟਰ ਨੇ ਅਹਿਮ ਭੂਮਿਕਾ ਨਿਭਾਈ ਸੀ ਯਾਨੀ ਕਿ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਕਿਸਾਨਾਂ ਦਾ ਨਾਂ ਖੇਤੀਬਾੜੀ ਮੰਤਰੀ ਨਹੀਂ ਲੈ ਰਹੇ ਸੀ ਪਤਾ ਨਹੀਂ ਕਿਉਂ ਉਹ ਸਿਰਫ ਖੇਤੀਬਾੜੀ ਖੇਤਰ ਦੀ ਗੱਲ ਕਰ ਰਹੇ ਸੀ ਖੇਤੀਬਾੜੀ ਖੇਤਰ ਕਿਸੇ ਵੀ ਸਥਿਤੀ ਨੂੰ ਸੰਭਾਲਣ ਦੇ ਅਨੁਕੂਲ ਹੈ ਪਾਣੀ ਦੀ ਬਚਤ ਹੋਵੇ ਲਾਗਤ ਘਟ ਹੋਵੇ ਕਿਸਾਨ ਮਹਿੰਗੀਆਂ ਫਸਲਾਂ ਵੱਲ ਆਕਰਸ਼ਿਤ ਹੋਣ ਕਿਸਾਨਾਂ ਨੂੰ ਉਹਨਾਂ ਦਾ ਭਾਅ ਫਸਲਾਂ ਦਾ ਭਾਅ ਵਾਜਬ ਰੂਪ ਚ ਮਿਲ ਸਕੇ ਫਸਲਾਂ ਦੇ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਿਸਾਨ ਕਰ ਸਕਣ ਇਸ ਲਈ ਭਾਰਤ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਸਫਲਤਾਪੂਰਵਕ ਕੰਮ ਕਰ ਰਹੀ ਹੈ ਕੁੱਲ ਮਿਲਾ ਕੇ ਕਹਿ દઈએ ਕਿ ਨਰਿੰਦਰ ਤੋਮਰ ਨੇ ਲੋਹੜੀ ਵਾਲੇ ਦਿਨ ਜੋ ਭਾਸ਼ਣ ਦਿੱਤਾ ਹੈ ਉਹਦੇ ਵਿੱਚ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ ਸਿਰਫ ਕਾਨੂੰਨਾ ਦੇ ਹੱਕ ਦੀ ਗੱਲ ਕੀਤੀ ਕਾਨੂੰਨਾ ਦੇ ਹੱਕ ਦੇ ਵਿੱਚ ਹੀ ਹਾਮੀ ਭਰਦੇ ਰਹੇ ਕਿਹਾ ਕਿ ਕਿਸਾਨ ਦੀ ਦिशा ਤੇ ਦਸ਼ਾ ਬਦਲਣ ਵਾਲੀ ਹੈ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੀ ਬੋਲਦੇ ਰਹੇ ਕਿਸਾਨੀ ਦੇ ਖੇਤਰ ਵਿੱਚ ਸਰਕਾਰ ਜਿੰਨੀ ਵੀ ਮਦਦ ਕਰੇ ਸਰਕਾਰ ਜਿੰਨੀਆਂ ਵੀ ਚੰਗੀਆਂ ਨੀਤੀਆਂ ਬਣਾਵੇ ਸਭ ਕੁਝ ਚੰਗਾ ਕਰਨ ਦੇ ਬਾਵਜੂਦ ਵੀ ਜੇ ਪ੍ਰਕਿਰਤੀ ਨਰਾਜ਼ਗੀ ਵਿੱਚ ਹੈ ਤਾਂ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ ਕਿਸਾਨ ਨੂੰ ਬਚਾਇਆ ਜਾਵੇ ਇਸ ਲਈ ਫਸਲ ਬੀਮਾ ਯੋਜਨਾ ਦੀ ਕਲਪਨਾ ਕੀਤੀ ਗਈ ਸੀ ਇਹ ਯੋਜਨਾ ਕਿਸਾਨਾਂ ਦੇ ਪ੍ਰਤੀਕੂਲ ਹੈ ਤੇ ਕਿਸਾਨਾਂ ਦੇ ਲਈ ਸੁਰੱਖਿਆ ਕਵਚ ਹੈ ਖਾਲੇ ਤੱਕ ਇਸ ਯੋਜਨਾ ਦੇ ਵਿੱਚ 25 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੇ ਬੀਮਾ ਕਰਵਾ ਲਿਆ ਹੈ। ਪ੍ਰਤੀ ਸਾਲ 5 ਕਰੋੜ ਕਿਸਾਨ ਨਵੇਂ ਜੁੜ ਰਹੇ ਨੇ। ਬਹੁਤ ਵੱਡੀ ਗਿਣਤੀ ਹੁੰਦੀ ਹੈ 25 ਕਰੋੜ ਨੇ ਕਰਵਾ ਲਿਆ, 5 ਕਰੋੜ ਨਵੇਂ ਜੁੜ ਰਹੇ ਨੇ। ਜਿਹੜੇ ਵੀ ਕਿਸਾਨ ਸਾਨੂੰ ਸੁਣ ਰਹੇ ਹੋਣ, ਸਾਡੀ ਖਬਰਾਂ ਸੁਣਦੇ ਹੋਣ, ਜ਼ਰੂਰ ਦੱਸਣ ਕਿ ਤੁਸੀਂ ਕਿਸਾਨ ਬੀਮਾ ਯੋਜਨਾ ਦੇ ਵਿੱਚ ਜਾਂ ਕਹਿ ਲਈਏ ਕਿ ਇਹ ਬੀਮਾ ਤੁਸੀਂ ਕਰਵਾਇਆ ਹੈ ਜਿਹੜੀ ਭਾਰਤ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਹੈ ਕਿ ਤੁਹਾਡਾ ਨਾਮ ਇਹਨਾਂ 25 ਕਰੋੜ ਦੇ ਵਿੱਚ ਹੈਗਾ ਆ। ਜਾਂਕੀ ਤੁਸੀਂ ਇਸ ਯੋਜਨਾ ਦੇ ਬਾਰੇ ਜਾਣਦੇ ਹੋ ਜਾਨਣਾ ਬਹੁਤ ਜ਼ਰੂਰੀ ਹੈ ਸੁਨੇਹਾ ਭੇਜ ਕੇ ਜ਼ਰੂਰ ਦੱਸਿਓ ਤੇ ਉਧਰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੋਟਾਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਲੋਹੜੀ ਵਾਲੇ ਦਿਨ ਮੁਲਾਕਾਤ ਵੀ ਕੀਤੀ ਤੇ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਰਿਆਣਾ ਤੇ ਆਪਣੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਜੋ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਮਿਲੀ ਹੈ ਹਾਲਾਂਕਿ ਦੁਸ਼ਯੰਤ ਚੋਟਾਲਾ ਜਦੋਂ ਮੀਟਿੰਗ ਕਰਕੇ ਬਾਹਰ ਆਏ ਮੁਲਾਕਾਤ ਤੋਂ ਬਾਅਦ ਬਾਹਰ ਆਇਆ ਤਾਂ ਮੀਡੀਆ ਦੇ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਚੁੱਪਚਾਪ ਸਿੱਧਾ ਢਿੱਡ ਕਰਨੂ ਨਿਕਲ ਗਏ ਸੀ ਤੇ ਇਸ ਤੋਂ ਪਹਿਲਾਂ 12 ਜਨਵਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਾਨ ਚਟਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ 26 ਜਨਵਰੀ ਨੂੰ ਲੈ ਕੇ ਸੂਬੇ ਦੇ ਮਾਹੌਲ ਬਾਰੇ ਜਾਣਕਾਰੀ ਦਿੱਤੀ 26 ਜਨਵਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਦੇ ਰਹਿਣਗੇ ਉਸ ਤੋਂ ਜਾਣੂ ਕਰਵਾਇਆ ਖੱਟਰ ਨੇ ਕਿਹਾ ਕਿ ਗਣਤੰਤਰ ਦਿਹਾੜਾ ਕੌਮੀ ਤਿਹਾੜਾ ਹੈ ਤੇ ਇਸ ਨੂੰ ਪੂਰੇ ਅਮਨ ਅਮਾਨ ਸ਼ਾਂਤੀ ਨਾਲ ਮਨਾਉਣ ਦੀ ਸਾਡੀ ਪਹਿਲ ਰਹੇਗੀ ਮੀਟਿੰਗ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਬਦਕਿਸਮਤੀ ਨਾਲ ਕਿਸਾਨ ਅੰਦੋਲਨ ਦਾ ਕੇਂਦਰ ਹਰਿਆਣਾ ਤੇ ਇਸ ਦੇ ਦਿੱਲੀ ਨਾਲ ਲੱਗਦੇ ਬਾਰਡਰ ਨੇ ਹੁਣ ਮਾਮਲਾ ਸੁਪਰੀਮ ਕੋਰਟ ਨੇ ਆਪਣੇ ਹੱਥ ਵਿੱਚ ਲੈ ਲਿਆ ਤੇ ਕਮੇਟੀ ਬਣਾ ਦਿੱਤੀ ਹੈ ਤੇ ਹੁਣ ਸਾਡੇ ਕਿਸਾਨ ਭਰਾਵਾਂ ਨੂੰ ਆਪੋ ਆਪਣੇ ਘਰ ਮੁੜ ਜਾਣਾ ਚਾਹੀਦਾ ਹੈ ਯਾਨੀ ਕਿ ਬਦਕਿਸਮਤੀ ਦੱਸ ਰਹੇ ਨੇ ਕਿ ਸਾਡੇ ਸੂਬੇ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਅਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ ਖੇਤੀ ਕਾਨੂੰਨਾਂ ਤੇ 12 ਜਨਵਰੀ ਨੂੰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚ ਕਾਨੂੰਨਾਂ ਨੂੰ ਲਾਗੂ ਕਰਨ ਦੇ ਅਮਲ ਦੇ ਉੱਤੇ ਰੋਕ ਲਾਈ ਗਈ ਉਸ ਤੋਂ ਬਾਅਦ ਰਾਜ ਮੰਤਰੀ ਕੇਲਾਸ਼ ਚੌਧਰੀ ਫਿਰ ਬੋਲੇ ਨੇ ਕੇਲਾਸ਼ ਚੌਧਰੀ ਉਹੀ ਹੈਗੇ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜੇ ਸਰਕਾਰ ਦਬਾਅ ਦੇ ਵਿੱਚ ਆ ਕੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਕੱਲ ਨੂੰ ਹੋਰ ਲੋਕ ਉੱਠ ਖੜਨਗੇ ਧਾਰਾ 370 ਵਾਲੇ ਲੋਕ ਉੱਠ ਖੜਨਗੇ ਸੀਏਏ ਵਾਲੇ ਲੋਕ ਉੱਠ ਖੜਨਗੇ ਇਸ ਕਰਕੇ ਮਤਲਬ ਹੀ ਨਹੀਂ ਬਣਦਾ ਕਿ ਅਸੀਂ ਕਾਨੂੰਨ ਰੱਦ ਕਰ ਦਈਏ ਉਹਨਾਂ ਨੇ ਕਿਹਾ ਕਿ ਫੈਸਲਾ ਸਾਡੀ ਇੱਛਾ ਦੇ ਵਿਰੁੱਧ ਹੈ ਪਰ ਫਿਰ ਵੀ ਅਸੀਂ ਸਵਾਗਤ ਕਰਦੇ ਹਾਂ ਕਿਸਾਨ ਜੇ ਖੁੱਲੇ ਮਨ ਨਾਲ ਚਰਚਾ ਕਰਨਗੇ ਤਾਂ ਹੱਲ ਜ਼ਰੂਰ ਨਿਕਲੇਗਾ ਤੇ ਇਹ ਵੀ ਇਲਜ਼ਾਮ ਲਾਇਆ ਕਿ ਪਹਿਲਾਂ ਇਹੀ ਕਿਸਾਨ ਲੀਡਰ ਜਿਹੜੇ ਹੁਣ ਵਿਰੋਧ ਕਰ ਰਹੇ ਨੇ ਇਹ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਵੀ ਨਾਮ ਲਿਆ ਕਿ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਤੇ ਕਿਹਾ ਸੀ ਕਿ ਖੇਤੀ ਕਾਨੂੰਨ ਸਹੀ ਨੇ ਤੇ ਇਹ ਵੀ ਕਿਹਾ ਕਿ ਲਾਲ ਚੌਧਰੀ ਨੇ ਕਿ 26 ਜਨਵਰੀ ਨੂੰ ਕਿਸਾਨ ਆਪਣਾ ਪ੍ਰੋਗਰਾਮ ਬਦਲ ਲੈਣ ਪਰ ਕਿਸਾਨਾਂ ਨੇ ਵੀ ਮੋੜ ਤੋਂ ਦੁਹਰਾ ਦਿੱਤਾ ਕਿ 26 ਜਨਵਰੀ ਵਾਲੇ ਪ੍ਰੋਗਰਾਮ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ 26 ਜਨਵਰੀ ਨੂੰ ਰਾਜਪਥ ਦੇ ਉੱਤੇ ਕਿਸਾਨ ਟਰੈਕਟਰ ਪ੍ਰੇਡ ਕੱਟਣਗੇ ਤੇ ਹੁਣ ਗੱਲ ਕਰ ਲੈਣੇ ਆ ਕਮੇਟੀ ਜਿਹੜੀ ਬਣਾਈ ਹੈ ਸੁਪਰੀਮ ਕੋਰਟ ਨੇ ਜਿਹਦੇ 4 ਮੈਂਬਰਾਂ ਦੇ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਸਵਾਲ ਤਾਂ ਉੱਠ ਰਹੇ ਨੇ ਕਿਉਂਕਿ ਰਿਕਾਰਡ ਦੇ ਵਿੱਚ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਨੇ ਤੇ ਇਸ ਕਮੇਟੀ ਦੇ ਵਿੱਚ ਸ਼ਾਮਿਲ ਇੱਕ ਮੈਂਬਰ ਨੇ ਜਿਹੜੇ ਮਹਾਰਾਸ਼ਟਰ ਦੇ ਪ੍ਰਮੁੱਖ ਕਿਸਾਨ ਜਥੇਬੰਦੀ ਛੇਤਕਾਰੀ ਜਥੇਬੰਦੀ ਦੇ ਮੁਖੀ ਨੇ ਅਨਿਲ ਕਨਵਤ ਉਹ ਕਹਿੰਦੇ ਨੇ ਕਿ ਮੁਜ਼ਾਰਾਕਾਰੀ ਕਿਸਾਨਾਂ ਨੂੰ ਇਨਸਾਫ ਮਿਲੇਗਾ ਦਾਵਾ ਕਰ ਰਹੇ ਨੇ ਕਹਿੰਦੇ ਇਹ ਅੰਦੋਲਨ ਕਿਤੇ ਜਾ ਕੇ ਤਾਂ ਰੁਕਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਪੱਖ ਵਿੱਚ ਇੱਕ ਕਾਨੂੰਨ ਆ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਹੈ ਪਹਿਲਾਂ ਅਸੀਂ ਕਿਸਾਨਾਂ ਨੂੰ ਸੁਣਾਂਗੇ ਜੇ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਖੇਤੀ ਉਪਜ ਬਾਜ਼ਾਰ ਦੇ ਬਾਰੇ ਕੋਈ ਗਲਤ ਫਹਮੀ ਹੈ ਤਾਂ ਅਸੀਂ ਉਸ ਨੂੰ ਦੂਰ ਕਰਾਂਗੇ ਉਹਨਾਂ ਨੂੰ ਭਰੋਸਾ ਦਿੱਤਾ ਜਾਣਾ ਜ਼ਰੂਰੀ ਹੈ ਤੇ ਕਿ ਜੋ ਵੀ ਹੋ ਰਿਹਾ ਹੈ ਉਹਨਾਂ ਦੇ ਹਿੱਤ ਵਿੱਚ ਹੋ ਰਿਹਾ ਹੈ ਯਾਨੀ ਕਿ ਪਹਿਲਾਂ ਹੀ ਕਹਿ ਚੁੱਕੇ ਨੇ ਹੁਣ ਫੇਰ ਕਹਿ ਰਹੇ ਨੇ ਕਮੇਟੀ ਮੈਂਬਰ ਕਿ ਇਹ ਉਹਨਾਂ ਦੇ ਹਿੱਤ ਵਿੱਚ ਹੋ ਰਿਹਾ ਸੀ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਕਈ ਕਿਸਾਨ ਲੀਡਰ ਅਤੇ ਜਥੇਬੰਦੀਆਂ ਐਮਐਸਪੀ ਦੀ ਇਜਾਰੇਦਾਰੀ ਤੋਂ ਆਜ਼ਾਦੀ ਚਾਹੁੰਦੀਆਂ ਨੇ ਇਸ ਨੂੰ ਰੋਕਣ ਦੀ ਲੋੜ ਹੈ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਪਿਛਲੇ 40 ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜਿਹੜੇ ਕਿਸਾਨਾਂ ਨੂੰ ਐਮਐਸਪੀ ਚਾਹੀਦੀ ਹੈ ਉਹਨਾਂ ਨੂੰ ਉਹ ਮਿਲੇ ਤੇ ਜਿਨ੍ਹਾਂ ਨੂੰ ਇਸ ਤੋਂ ਮੁਕਤੀ ਚਾਹੀਦੀ ਹੈ ਉਹਨਾਂ ਕੋਲ ਵੀ ਵਿਕਲਪ ਹੋਣਾ ਚਾਹੀਦਾ ਕਹਿੰਦੇ ਨੇ ਕਿ ਮੈਂ ਖੇਤੀ ਅਰਥਸ਼ਾਸਤਰੀ ਹਾਂ ਮੈਂ ਵੀ ਇਸ ਬਾਰੇ ਨਿਰਪੱਖ ਹਾਂ ਮੈਂ ਕਦੇ ਕਿਸੇ ਸਿਆਸੀ ਪਾਰਟੀ ਨਾਲ ਕੰਮ ਨਹੀਂ ਕੀਤਾ ਸਗੋਂ ਹਮੇਸ਼ਾ ਕਿਸਾਨਾਂ ਦੇ ਲਈ ਕੰਮ ਕੀਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਹਿੱਤ ਦੇਖਦੇ ਹੋਏ ਅਸੀਂ ਮਾਮਲੇ ਦਾ ਹੱਲ ਕੱਢੀਏ ਨਾ ਕੇ ਸਿਰਫ ਮਹਾਰਾਸ਼ਟਰ ਜਾਂ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਮਸਲੇ ਦਾ ਹੱਲ ਕੱਢੀਏ ਸੋ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਉਸ ਤੋਂ ਤੁਸੀਂ ਕੀ ਸਮਝ ਰਹੇ ਹੋ ਇਹ ਤੁਸੀਂ ਖੁਦ ਸੋਚ ਸਕਦੇ ਹੋ ਤੇ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਨੂੰ ਰੱਦ ਕਰਨਾ ਹੀ ਕੇਵਲ ਹੱਲ ਹੈ ਕਮੇਟੀ ਬਣਾਉਣਾ ਕੋਈ ਹੱਲ ਨਹੀਂ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਕਿਹਾ ਹੈ ਕਿ ਮੋਦੀ ਹਕੂਮਤ ਦੇ ਉਦੇਸ਼ਾਂ ਦੀ ਪੂਰਤੀ ਦਾ ਜ਼ਰੀਆ ਬਣੇਗੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ਜੋਗਿੰਦਰ ਸਿੰਘ ਉਗਰਾਹਾ ਕਹਿੰਦੇ ਨੇ ਕਿ ਸਾਰੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਅਜਿਹੀ ਕਿਸੇ ਵੀ ਕਮੇਟੀ ਬਣਾਉਣ ਦੇ ਫੈਸਲੇ ਨਾਲ ਆਪਣੀ ਅਸਹਿਮਤੀ ਪ੍ਰਗਟਾ ਚੁੱਕੀਆਂ ਨੇ ਅਸਹਿਮਤੀ ਦੇ ਬਾਵਜੂਦ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਆ ਉਸ ਵਿੱਚ ਸਰਕਾਰੀ ਨਜ਼ਰੀਏ ਵਾਲੇ ਮਾਹਿਰ ਹੀ ਸ਼ਾਮਲ ਕੀਤੇ ਗਏ ਨੇ ਜਿਹੜੇ ਪਹਿਲਾਂ ਹੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਜਬ ਮੰਨਦੇ ਨੇ ਤੇ ਖੇਤੀ ਖੇਤਰ ਦੇ ਅੰਦਰ ਕਾਰਪੋਰੇਟਾਂ ਦੀ ਸ਼ਮੂਲੀਅਤ ਦੇ ਮੁੱਦੇ ਹੀ ਹੈਗੇ ਨੇ ਤੇ ਉਹਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਆ ਇਹ ਸਿਰਫ ਤੇ ਸਿਰਫ ਮੋਦੀ ਹਕੂਮਤ ਦੇ ਉਦੇਸ਼ਾਂ ਦੀ ਪੂਰਤੀ ਦਾ ਹੀ ਜ਼ਰੀਆ ਬਣੇਗੀ ਕਿਸਾਨ ਐਂਥਮ ਲਿਖਣ ਵਾਲੇ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਪਟਿਆਲਾ ਦੀ ਅਦਾਲਤ ਨੇ 50 ਹਜ਼ਾਰ ਦੇ ਨਿੱਜੀ ਮੁਚਾ ਹਲਕੇ ਤੇ ਜ਼ਮਾਨਤ ਦਿੱਤੀ ਹੈ ਇਹ ਕਿਸਾਨ ਐਂਥਮ ਦੇ ਲਈ ਨਹੀਂ ਬਲਕਿ ਉਸ ਤੋਂ ਪਹਿਲਾਂ ਕੋਈ ਭੜਕਾਊ ਗਾਣਾ ਗਾਉਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਸ਼੍ਰੀ ਬਰਾੜ ਦੀ ਅਤੇ 13 ਜਨਵਰੀ ਦੀ ਸ਼ਾਮ ਤੱਕ ਸ਼੍ਰੀ ਬਰਾੜ ਦੀ ਰਿਹਾਈ ਵੀ ਹੋਣ ਦੀ ਖਬਰ ਹੈ ਬਰਾੜ ਦੇ ਵੱਲੋਂ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਜਾਏਗਾ ਇਹ ਅਦਾਲਤ ਨੇ ਸ਼ਰਤ ਰੱਖੀ ਹੈ 50 ਹਜ਼ਾਰ ਦਾ ਨਿੱਜੀ ਮੁਚਲਕਾ ਪਾਸਪੋਰਟ ਜਮ੍ਹਾਂ ਕਰਵਾਉਣਾ ਪਏਗਾ ਵਿਦੇਸ਼ ਵਿੱਚ ਨਹੀਂ ਜਾ ਸਕਦਾ ਅਤੇ ਜੱਜ ਨੇ ਸ਼੍ਰੀ ਬਰਾੜ ਨੂੰ ਭਵਿੱਖ ਦੇ ਵਿੱਚ ਅਜਿਹੇ ਭੜਕਾਉ ਗੀਤ ਨਾ ਲਿਖਣ ਦੀ ਖਾਸ ਹਦਾਇਤ ਵੀ ਦਿੱਤੀ ਹੈ ਸਿੰਘੂ ਬਾਰਡਰ ਦੀ ਸਟੇਜ ਤੋਂ ਹਰਿਆਣਾ ਦਾ ਜਿਹੜਾ ਨੌਜਵਾਨ ਜਿਨੇ ਜਲ ਤੋਪਾਂ ਦੇ ਮੂੰਹ ਮੋੜੇ ਸੀਗੇ ਉਸਤੇ ਮਾਤਾ ਪਿਤਾ ਦਾ ਵੀ ਸਨਮਾਨ ਕੀਤਾ ਗਿਆ ਅਤੇ ਮਾਤਾ ਪਿਤਾ ਨੇ ਬੜੀ ਖੁਸ਼ੀ ਜ਼ਾਹਿਰ ਕੀਤੀ ਇਸ ਮੌਕੇ ਸਟੇਜ ਤੋਂ ਜਦੋਂ ਸਨਮਾਨਿਤ ਕੀਤਾ ਤਾਂ ਉਹਨਾਂ ਨੇ ਲੋਕਾਂ ਨੂੰ 5-7 ਮਿੰਟ ਸੰਬੋਧਨ ਵੀ ਕੀਤਾ ਧੰਨਵਾਦ ਵੀ ਕੀਤਾ ਕਿਸਾਨ ਲੀਡਰਾਂ ਦਾ ਅਤੇ ਪੂਰਾ ਜਦੋਂ ਤੱਕ ਸੰਘਰਸ਼ ਮੁੱਕ ਨਹੀਂ ਜਾਂਦਾ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਅਹਦ ਵੀ ਲਿਆ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਹਾਂ ਕਿ ਜੇ ਕਿਸਾਨਾਂ ਦੇ ਵਿੱਚ ਖਾਲਿਸਤਾਨੀ ਬੈਠੇ ਨੇ ਤਾਂ ਖਾਲਿਸਤਾਨੀਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਮੇਰਾ ਨਾਮ ਪਾ ਦਿਓ ਕਿਉਂਕਿ ਮੈਂ ਵੀ ਖਾਲਿਸਤਾਨੀ ਆ ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਂ ਤਾਂ ਜੇਤੂ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ ਖਾਲਸਤਾਨੀ ਸ਼ਾਮਲ ਹਨ ਤਾਂ ਸੁਣ ਲੈ ਆਪਣੇ ਹੱਕਾਂ ਤੇ ਖੇਤੀ ਕਾਨੂੰਨਾ ਖਿਲਾਫ ਲੜਨ ਵਾਲੇ ਅਸੀਂ ਸਾਰੇ ਖਾਲਸਤਾਨੀ ਆ ਆਪਣੀ ਖਾਲਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਮ ਕਿਸਾਨੀ ਮੋਰਚੇ ਦੇ ਵਿੱਚ ਕਈ ਅਖਬਾਰ ਨਿਕਲੇ ਨੇ ਸਭ ਤੋਂ ਪਹਿਲਾਂ ਟ੍ਰੋਲੀ ਟਾਈਮਸ ਉਸ ਤੋਂ ਬਾਅਦ ਕਿਸਾਨ ਟ੍ਰੋਲੀ ਟਾਈਮਸ ਉਸ ਤੋਂ ਬਾਅਦ ਮੋਰਚਾ ਨਿਕਲਿਆ ਮੋਰਚਾ ਇੱਕ ਅਜਿਹਾ ਅੰਕ ਹੈ 32 ਪੰਨਿਆਂ ਦਾ ਜਿਸ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੰਘਰਸ਼ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਪਹਿਲਾ ਅੰਕ ਹੈ ਜਿਹੜਾ ਹੋਪ ਸਾਲ ਦੇ ਪਹਿਲੇ ਦਿਨ ਯਾਨੀ ਕਿ 2021 ਜਦੋਂ ਚੜਿਆ 1 ਜਨਵਰੀ 2021 ਨੂੰ ਮੋਰਚੇ ਦੇ ਪਹਿਲੇ ਅੰਕ ਨੂੰ ਜਾਰੀ ਕੀਤਾ ਗਿਆ ਸੀ ਹਰਿਆਣਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਹਰਿਆਣਾ ਦੇ ਵੱਡੇ ਕਿਸਾਨ ਲੀਡਰ ਨੇ ਤੇ ਇਸ ਮੋਰਚੇ ਦੇ ਸੰਪਾਦਕ ਦਲਜੀਤ ਸਿੰਘ ਸਰਾਹ ਹੈਗੇ ਨੇ ਇਹ ਜਿਹੜਾ ਦੂਸਰਾ ਅੰਕ ਕੱਢਿਆ ਗਿਆ ਹੈ ਇਸ ਦੇ ਵੀ 32 ਪੇਜ ਹੈਗੇ ਨੇ ਤੇ ਇਸ ਦੇ ਵਿੱਚ ਵੀ ਮੋਰਚੇ ਦੇ ਜਿਹੜੇ ਇੱਕ ਕਹਿ ਲਈਏ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਹੈ ਕਿਸ ਤਰੀਕੇ ਦਾ ਇਹ ਅੰਦੋਲਨ ਚੱਲ ਰਿਹਾ ਹੈ ਕੀ ਕੁਝ ਕਰਵਟਾਂ ਲੈ ਰਿਹਾ ਹੈ ਉਹ ਸਾਰਾ ਤੁਸੀਂ ਮੋਰਚੇ ਦੇ ਅੰਕ ਦੇ ਵਿੱਚ ਪੜ ਰਹੇ ਪੜ ਸਕਦੇ ਹੋ ਆਨਲਾਈਨ ਵੀ ਤੁਸੀਂ ਇਸ ਨੂੰ ਪੜ ਸਕਦੇ ਹੋ ਅਮਰਸਰ ਟਾਈਮਜ਼ ਇੱਕ ਵੈਬਸਾਈਟ ਹੈਗੀ ਹੈ ਜਿਹੜੀ ਉਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਮੋਰਚਾ ਅੰਕ ਦਾ ਜਿਹੜਾ ਆਨਲਾਈਨ ਐਡੀਸ਼ਨ ਪੜ ਸਕਦੇ ਹੋ ਸਭ ਤੋਂ ਪਹਿਲੀ ਲਾਈਨ ਲਿਖੀ ਹੋਈ ਹੈ ਰਾਜਿਆ ਰਾਜ ਕਰਿੰਦੇ ਆ ਚੜਿਆ ਮਹੀਨਾ ਮਾਗ ਤਖਤ ਤੇਰੇ ਨੇ ਡੋਲਣਾ ਲੋਕ ਪਏ ਨੇ ਜਾਗ ਸੋ ਦਲਜੀਤ ਸਿੰਘ ਸਰਾ ਜਿਹੜੇ ਸੰਪਾਦਕ ਹੈਗੇ ਨੇ ਉਹਨਾਂ ਨੇ ਵੀ ਸੰਪਾਦਕੀ ਜਿਹੜੀ ਲਿਖੀ ਹੈ ਉਹਦੇ ਵਿੱਚ ਹੰਗਾਰੇ ਦੇ ਲਈ ਧੰਨਵਾਦ ਵੀ ਕੀਤਾ ਹੈ ਘਰਾਂ ਤੋਂ ਕੋਹਾਂ ਦੂਰ ਰੜੇ ਮੈਦਾਨ ਲੋੜੀ ਮਨਾ ਰਹੇ ਨੇ ਜਿਹੜੇ ਕਿਸਾਨ ਉਹਨਾਂ ਦੇ ਬਾਰੇ ਲਿਖਿਆ ਕਿ ਸਿਆਲ ਦੀ ਕੜਕ ਦੀ ਠੰਡ ਕਰਾਂ ਤੋਂ ਮੀਲਾ ਦੂਰ ਖੁੱਲੇ ਅਸਮਾਨ ਹੇਠ ਸੜਕਾਂ ਤੇ ਲੋਹੜੀ ਮਨਾਉਣ ਦਾ ਅਨੁਭਵ ਕਿਹੋ ਜਿਹਾ ਹੋ ਸਕਦਾ ਹੈ ਇਸ ਬਾਰੇ ਸੋਚ ਕੇ ਹੀ ਰੂਹ ਨੂੰ ਕੰਬਣੀ ਛਿੜਦੀ ਹੈ ਪਰ ਇਹ ਹੋ ਰਿਹਾ ਹੈ ਬੰਗਲੌਰ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਸ਼ੁਰੂ ਹੋ ਚੁੱਕਿਆ ਹੈ ਹਰ ਐਤਵਾਰ ਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ 10 ਜਨਵਰੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਮਾਰਚ ਕੱਢਿਆ ਗਿਆ ਕੇਂਦਰ ਸਰਕਾਰ ਦੇ ਖਿਲਾਫ ਨਾਰੇ ਬਾਜ਼ੀ ਕੀਤੀ ਗਈ ਸਾਰੇ ਧਰਮਾਂ ਦੇ ਲੋਕ ਇਸ ਦੇ ਵਿੱਚ ਸ਼ਾਮਿਲ ਦਿਖ ਰਹੇ ਨੇ ਇਸ ਮਾਰਚ ਦੇ ਵਿੱਚ ਕਰੋਨਾ ਨਿਯਮਾਂ ਦਾ ਵੀ ਪਾਲਣ ਕੀਤਾ ਗਿਆ ਇਸ ਇਹਨਾਂ ਨਿਯਮਾਂ ਦੇ ਤਹਿਤ ਹੀ ਇਹ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਏ ਕਾਨੂੰਨ ਵਾਪਸ ਕਰੋ ਆਏ ਕਾਨੂੰਨ ਵਾਪਸ ਕਰੋ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਆਏ ਕਾਨੂੰਨ ਵਾਪਸ ਕਰੋ ਜੈ ਮੇਕਾ ਜਿੰਦਾਬਾਦ ਜੈ ਮੇਕਾ ਜਿੰਦਾਬਾਦ زندہ باد جنن کا زندہ باد واپس سنو واپس سنو واپس سنو واپس سنو واپس سنو زندہ باد زندہ باد زندہ باد زندہ باد زندہ باد زندہ ਦੇਖ ਵੇ ਵਾਪਸ ਲੋ ਵਾਪਸ ਲੋ ਵਾਪਸ ਲੋ ਵਾਪਸ ਲੋ ਵਾਪਸ ਲੋ 2.5 ਕਿਲੋ ਦੇ ਹੱਥ ਵਾਲੇ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੀ ਮਾਤਾ ਜੀ ਤੇ ਪੰਜਾਬ ਦੇ ਪੁੱਤ ਤਰਮਿੰਦਰ ਦੀ ਪਤਨੀ ਹਿਮਾ ਮਾਲਨੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਚਾਹੁੰਦੇ ਨੇ ਕਿਸਾਨਾਂ ਨੂੰ ਕਟਪੁਤਲੀ ਦੱਸਿਆ ਹੈ ਕਹਿੰਦੇ ਉਹ ਤਾਂ ਸਿਰਫ ਕਟਪੁਤਲੀ ਬਣੇ ਹੋਏ ਨੇ ਸਨੀ ਦੇਵਲ ਵੀ ਕਾਨੂੰਨਾਂ ਦਾ ਪੂਰਾ ਸਮਰਥਨ ਕਰ ਚੁੱਕੇ ਨੇ ਹਾਲਾਂਕਿ ਧਰਮਿੰਦਰ ਕਿਸਾਨਾਂ ਦੇ ਹੱਕ ਦੇ ਵਿੱਚ ਲਿਖਦੇ ਨੇ ਇੱਕ ਦੋ ਵਾਰੀ ਟਵੀਟ ਵੀ ਕੀਤਾ ਕਿ ਜਲਦੀ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਹੋਵੇ ਤੇ ਹੇਮਾ ਮਾਲ ਨੇ ਕੁਝ ਹੋਰ ਹੀ ਕਹਿ ਰਹੇ ਨੇ ਕਹਿੰਦੇ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਵੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ ਯਾਨੀ ਕਿ ਕਿਸਾਨਾਂ ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਦੇਖ ਕੇ ਹਿਮਾ ਮਲਨੀ ਨੂੰ ਚੰਗਾ ਨਹੀਂ ਲੱਗਿਆ ਸਰਕਾਰ ਨੇ ਬਾਰ ਬਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਪਰ ਕਿਸਾਨਾਂ ਦੇ ਕੋਲ ਆਪਣਾ ਕੋਈ ਏਜੰਡਾ ਹੀ ਨਹੀਂ ਹੈ ਕਿਸਾਨ ਸਿਰਫ ਕੱਠ ਪੁਤਲੀ ਬਣੇ ਹੋਏ ਨੇ ਕਿਸ ਦੀ ਕੱਠ ਪੁਤਲੀ ਬਣੇ ਨੇ ਕਿਸ ਨੂੰ ਹਿਮਾ ਮਲਨੀ ਕਹਿ ਰਹੇ ਨੇ ਇਸ ਦੀ ਕੋਈ ਸਮਝ ਨਹੀਂ ਲੱਗ ਰਹੀ ਪਰ ਕਿਸਾਨਾਂ ਦੀ ਬੇਇੱਜ਼ਤੀ ਭਰਿਆ ਬਿਆਨ ਹੈ ਜਿਹੜਾ ਉਹ ਦਿੱਤਾ ਹੈਮਾ ਮਲਨੀ ਨੇ ਮੁੰਬਈ ਦੇ ਮਹਾਰਾਸ਼ਟਰ ਦੇ ਵਿੱਚ 12 ਜਨਵਰੀ ਨੂੰ ਭੁਪੇਸ਼ ਗੁਪਤਾ ਭਵਨ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੀ ਬੈਠਕ ਕੀਤੀ ਅਤੇ ਇਸ ਸਾਂਝੀ ਬੈਠਕ ਦੇ ਵਿੱਚ ਕਈ ਪ੍ਰੋਗਰਾਮ ਨੇ ਜਿਹੜੇ ਉਲੀਕੇ ਗਏ। ਇਸ ਮੀਟਿੰਗ ਦੇ ਵਿੱਚ ਲੋਕ ਸੰਘਰਸ਼ ਮੋਰਚਾ ਕਿਸਾਨਾਂ ਦੀ ਜਥੇਬੰਦੀ ਆ ਉਸ ਦੇ ਲੀਡਰ ਪ੍ਰਤੀਬਾ ਸ਼ਿੰਦੇ ਵੀ ਸ਼ਾਮਿਲ ਸਨ, ਪੀ ਸਾਇਨਾਥ ਵੀ ਸ਼ਾਮਿਲ ਸਨ ਤੇ ਹੋਰ ਵੀ ਕਈ ਜਿਹੜੇ ਕਿਸਾਨ, ਮਜ਼ਦੂਰ, ਵਿਦਿਆਰਥੀ ਜਥੇਬੰਦੀਆਂ ਦੇ ਲੀਡਰ ਸ਼ਾਮਿਲ ਸਨ ਤੇ ਇਹਨਾਂ ਨੇ 23 ਤੋਂ 26 ਜਨਵਰੀ ਤੱਕ ਮੁੰਬਈ ਦੇ ਵਿੱਚ ਸੂਬਾ ਪੱਧਰੀ ਮਹਾਪਾਂਡਵ ਪ੍ਰੋਗਰਾਮ ਉਲੀਕਿਆ ਹੈ ਜਿਹਦੇ ਲਈ ਇੱਕ ਕਮੇਟੀ ਬਣਾਈ ਹੈ ਇਸ ਵਿੱਚ ਹਰੇਕ ਜਥੇਬੰਦੀ ਦੇ ਮੈਂਬਰ ਸ਼ਾਮਿਲ ਨੇ 15 ਜਨਵਰੀ ਨੂੰ ਖੇਤੀ ਕਾਨੂੰਨਾਂ ਤੇ ਲੇਬਰ ਕੋਡਾਂ ਨੂੰ ਸਾੜਿਆ ਜਾਏਗਾ ਲੇਬਰ ਕੋਡ ਜਿਹੜੇ ਬਣਾਏ ਨੇ ਲੇਬਰ ਲਾਅ ਬਣਾਇਆ ਉਹਨਾਂ ਨੂੰ ਸਾੜਿਆ ਜਾਏਗਾ 18 ਜਨਵਰੀ ਨੂੰ ਮੈਲਾ ਕਿਸਾਨ ਦਿਵਸ ਮਨਾਇਆ ਜਾਏਗਾ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਦਿਨਾਈ ਜਾਏਗੀ ਕਿਸਾਨ ਆਪਣੇ ਆਪਣੇ ਜ਼ਿਲ੍ਹਿਆਂ ਤੋਂ ਆਪਣੇ ਵਾਨਾਂ ਤੇ ਰਵਾਨਾ ਹੋਣਗੇ ਤੇ ਵਿਸ਼ਾਲ ਮਹਾ ਪਾਣਡਵ ਦੇ ਲਈ ਮੁੰਬਈ ਜਾਣਗੇ 24 ਤੋਂ 26 ਜਨਵਰੀ ਆਜ਼ਾਦ ਮੈਦਾਨ ਦੇ ਵਿੱਚ ਮਹਾ ਪਾਣਡਵ ਦੇ ਰੂਪ ਦੇ ਵਿੱਚ ਕਿਸਾਨ ਬੈਠਣਗੇ 50 ਹਜ਼ਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੰਬਈ ਪਹੁੰਚਣ ਦੀ ਉਮੀਦ ਜਤਾਈ ਗਈ ਹੈ 26 ਜਨਵਰੀ ਨੂੰ ਰਾਜ ਭਵਨ ਮਾਲਾਬਾਰ ਹਿੱਲ ਦੇ ਵਿੱਚ ਗਵਰਨਰਸ ਹਾਊਸ ਤੱਕ ਰੈਲੀ ਕੱਢੀ ਜਾਏਗੀ ਲੋਹੜੀ ਵਾਲੇ ਦਿਨ ਇੱਕ ਹੋਰ ਉਦਾਸ ਕਰਨ ਵਾਲੀ ਖਬਰ ਆਈ ਹੈ ਪਠਾਨਕੋਟ ਦੇ ਪਿੰਕ ਲੱਦ ਪਾਲਵਾ ਦੇ ਨੇੜੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਟੋਲ ਪਲਾਜ਼ਾ ਤੇ ਲਗਾਤਾਰ ਜਿਹੜਾ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਸ਼ਾਮਿਲ ਕਿਸਾਨ ਸੁੱਚਾ ਸਿੰਘ ਨੇ ਵੀ ਆਪਣੀ ਜਾਨ ਲੈ ਲਈ ਹੈ ਖੁਦਕੁਸ਼ੀ ਕਰਕੇ ਜਾਨ ਗਵਾ ਦਿੱਤੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਇਸ ਕਿਸਾਨ ਦੇ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦਿੱਤੀ ਗਈ ਹੈ ਸੁੱਚਾ ਸਿੰਘ ਨੂੰ ਪਠਾਨਕੋਟ ਦੇ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਪਰ ਉਹਨਾਂ ਦੀ ਜਾਨ ਬਚਾਈ ਨਹੀਂ ਜਾ ਸਕੀ 60 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਹਰ ਇੱਕ ਨੂੰ ਕਰੋਨਾ ਦੇ ਫ੍ਰੀ ਟੀਕੇ ਲਾਏ ਜਾਣਗੇ। ਉਹਨਾਂ ਨੇ ਕਿਹਾ ਕਿ ਨਾ ਸਿਰਫ ਕਾਮਿਆਂ ਲਈ ਸਗੋ ਆਮ ਲੋਕਾਂ ਲਈ ਵੀ ਵੈਕਸੀਨ ਹੈ ਜਿਹੜੀ ਉਹ ਮੁਫਤ ਹੋਏਗੀ। ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਲਾਇਆ ਕਿ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਸੂਬਿਆਂ ਦੇ ਲੋਕਾਂ ਨੂੰ ਵੈਕਸੀਨ ਮੁਫਤ ਲਾਈ ਜਾਏ ਪਰ ਉਹਨਾਂ ਦੇ ਬਿਆਨ ਲਗਾਤਾਰ ਬਦਲ ਰਹੇ ਨੇ। 16 ਜਨਵਰੀ ਨੂੰ 110 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਹੈਲਥ케ਅਰ ਵਰਕਰਾਂ ਦੇ ਟੀਕਾ ਕਰਨ ਦੀ ਪੂਰੀ ਤਿਆਰੀ ਕਹਿੰਦੇ ਅਸੀਂ ਕਰ ਲਈ ਹੈ ਟੀਕੇ ਦੀਆਂ 20450 ਸ਼ੀਸ਼ੀਆਂ ਸਾਨੂੰ ਹਾਸਲ ਹੋਈਆਂ ਨੇ ਹਰ ਸ਼ੀਸ਼ੀ ਦੇ ਵਿੱਚ ਟੀਕੇ ਦੀਆਂ 10 ਖੁਰਾਕਾਂ ਨੇ ਯਾਨੀ ਕਿ ਇੱਕ ਸ਼ੀਸ਼ੀ ਵਿੱਚ 10 ਟੀਕੇ ਨੇ ਤੇ 28 ਦਿਨਾਂ ਦੇ ਫਰਕ ਦੇ ਨਾਲ ਇੱਕ ਵਿਅਕਤੀ ਨੂੰ ਦੋ ਖੁਰਾਕਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਸਿਹਤ ਮੰਤਰੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਰੋਨਾ ਦੇ ਟੀਕੇ ਲਾਉਣ ਦੇ ਲਈ ਹਰੇਕ ਜ਼ਿਲ੍ਹੇ ਦੇ ਵਿੱਚ 5 ਥਾਵਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਹਰੇਕ ਥਾਂ ਤੇ 100 ਜਣਿਆਂ ਨੂੰ ਟੀਕਾ ਜਿਹੜਾ ਉਹ ਲਾਇਆ ਜਾਏਗਾ 10ਵੀਂ ਤੇ 12ਵੀਂ ਦੇ ਪੇਪਰਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਦੇ ਪੱਕੇ ਪੇਪਰਾਂ ਦੀ ਰੇਡ ਸ਼ੀਟ ਵੀ ਐਲਾਨ ਦਿੱਤੀ ਹੈ 5ਵੀਂ ਕਲਾਸ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ 16 ਮਾਰਚ ਤੋਂ 23 ਮਾਰਚ ਵਿੱਚ ਹੋਣਗੀਆਂ ਤੇ ਇਮਤਿਹਾਨ ਸਵੇਰੇ 9:00 ਵਜੇ ਤੋਂ ਦੁਪਹਿਰ ਸਵਾ 12:00 ਵਜੇ ਤੱਕ ਹੋਏਗਾ 8ਵੀਂ ਦੇ ਪੇਪਰ 22 ਮਾਰਚ ਤੋਂ 7 ਅਪ੍ਰੈਲ ਤੱਕ ਚੱਲਣਗੇ ਤੇ ਜਾਣਕਾਰੀ ਦੇ ਮੁਤਾਬਿਕ 8ਵੀਂ ਦੇ ਵਿੱਚ ਇਸ ਵਾਰ 6,24,786 ਵਿਦਿਆਰਥੀ ਬੈਠਣਗੇ 5ਵੀਂ ਤੇ 8ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੜ੍ਹਦੇ ਵਿਦਿਆਰਥੀ ਨੇ ਜਿਹੜੇ ਉਹ ਬੋਰਡ ਦੀ ਵੈੱਬਸਾਈਟ ਤੋਂ ਆਪਣੀ ਡੇਟ ਸ਼ੀਟ ਹਾਸਲ ਕਰ ਸਕਦੇ ਨੇ ਦਿੱਲੀ ਦੇ ਕੇਜਰੀਵਾਲ ਸਰਕਾਰ ਨੇ ਵੀ 10ਵੀਂ ਤੇ 12ਵੀਂ ਦੀਆਂ ਜਮਾਤਾਂ ਦੇ ਲਈ 18 ਜਨਵਰੀ ਤੋਂ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਬੱਚਿਆਂ ਦੇ ਸਕੂਲ ਆਨਲੀ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ ਦਿੱਲੀ ਦੇ ਵਿੱਚ ਪੈਟਰੋਲ ਦਾ ਭਾਅ ਵੀ ਰਿਕਾਰਡ ਪੱਧਰ ਤੇ ਪਹੁੰਚ ਗਿਆ ਪੈਟਰੋਲ ਦਾ ਭਾਅ 84 ਰੁਪਏ 45 ਪੈਸੇ ਪ੍ਰਤੀ ਲੀਟਰ ਹੋ ਗਿਆ ਕਿਉਂਕਿ ਲੋਹੜੀ ਵਾਲੇ ਦਿਨ ਪੈਟਰੋਲ ਤੇ ਡੀਜ਼ਲ ਨੂੰ ਫੇਰ ਤੇਲ ਕੰਪਨੀਆਂ ਨੇ ਅਗ ਲਾ ਦਿੱਤੀ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ 25-25 ਪੈਸੇ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ ਮੁੰਬਈ ਦੇ ਵਿੱਚ ਤਾਂ ਪੈਟਰੋਲ 91 ਰੁਪਏ 7 ਪੈਸੇ ਪ੍ਰਤੀ ਲੀਟਰ ਹੋ ਗਿਆ ਦਿੱਲੀ ਦੇ ਵਿੱਚ ਪੈਟਰੋਲ 84 ਰੁਪਏ 45 ਪੈਸੇ ਤੇ ਡੀਜ਼ਲ 74 ਰੁਪਏ 63 ਪੈਸੇ ਪ੍ਰਤੀ ਲੀਟਰ ਹੋ ਗਿਆ ਕੈਨੇਡਾ ਤੋਂ ਖਬਰ ਹੈ ਜਿੱਥੇ ਭਾਰਤੀ ਮੂਲ ਦੇ ਸਿੱਖ ਲੀਡਰ ਤੇ ਕੈਬਨਟ ਮੰਤਰੀ ਨਵਦੀਪ ਸਿੰਘ ਬੈਂਸ ਦੇ ਵੱਲੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਜਸਟਿਨ ਟਰੂਡੋ ਦੀ ਕੈਬਨਟ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ ਇੱਕ ਸਾਬਕਾ ਅੰਤਰਿਕਸ਼ ਯਾਤਰੀ ਨੂੰ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਮੰਗਲਵਾਰ ਨੂੰ ਜਸਟਿਨ ਟਰੂਡੋ ਨੇ ਟਵੀਟ ਕੀਤਾ ਕਿ ਨਵਦੀਪ ਬੈਂਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੇ ਲਈ ਇਨੋਵੇਸ਼ਨ ਸਾਇੰਸ ਤੇ ਇੰਡਸਟਰੀ ਮੰਤਰੀ ਦਾ ਅਹੁਦਾ ਛੱਡ ਰਹੇ ਨੇ ਉਹਨਾਂ ਦੇ ਐਲਾਨ ਤੋਂ ਬਾਅਦ ਖਾਲੀ ਹੋਈ ਥਾਂ ਨੂੰ ਭਰਨ ਦੇ ਲਈ ਅਸੀਂ ਬਦਲਾਅ ਕਰ ਰਹੇ ਹਾਂ ਇੱਕ ਵੀਡੀਓ ਸੰਦੇਸ਼ ਦੇ ਵਿੱਚ ਨਵਦੀਪ ਬੈਂਸ ਨੇ ਵੀ ਕਿਹਾ ਕਿ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਸਿਆਸਤ ਨੂੰ ਛੱਡ ਰਿਹਾ ਸਿਆਸਤ ਤੋਂ ਰਿਟਾਇਰ ਹੋ ਰਿਹਾ ਮੈਂ ਆਪਣਾ ਅਹੁਦਾ ਵੀ ਛੱਡ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਮੈਂ ਕਦੇ ਕੋਈ ਚੋਣ ਨਹੀਂ ਲੜਾਂਗਾ 2015 ਦੇ ਵਿੱਚ ਜਦੋਂ ਜਸਟਿਨ ਟਰੂਡੋ ਦੀ ਸਰਕਾਰ ਬਣੀ ਸੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਚਾਰ ਸਿੱਖ ਮੰਤਰੀਆਂ ਨੂੰ ਥਾਂ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਨਵਦੀਪ ਸਿੰਘ ਬੈਂਸ ਵੀ ਸ਼ਾਮਲ ਸਨ ਨਵਦੀਪ ਬੈਂਸ ਇੱਕ ਚੰਗੇ ਅਕਸ ਵਾਲੇ ਮੰਤਰੀ ਕੈਨੇਡਾ ਦੇ ਵਿੱਚ ਮੰਨੇ ਜਾਂਦੇ ਸੀ ਅਤੇ ਜਸਟਨ ਟਰੂਡੋ ਉਹਨਾਂ ਤੇ ਕਾਫੀ ਮਾਣ ਕਰਦੇ ਸੀ ਤੇ ਇੱਕ ਸਿੱਖ ਮੰਤਰੀ ਨੇ ਜਿਹੜੇ ਉਹਨਾਂ ਨੂੰ ਤਾਂ ਕੈਨੇਡਾ ਦਾ ਸਭ ਤੋਂ ਅਹਿਮ ਮੰਤਰਾਲਾ ਰੱਖਿਆ ਮੰਤਰਾਲਾ ਦਿੱਤਾ ਗਿਆ ਜਿਨ੍ਹਾਂ ਦਾ ਨਾਮ ਹੈ ਹਰਜੀਤ ਸਿੰਘ ਸੱਜਣ ਵਨ ਵਿਸ਼ ਏਵਰੀਵਨ ਏ ਹੈਪੀ ਨਿਊ ਈਅਰ ਆਈ ਹੋਪ 2021 ਇਜ਼ ਆਫ ਟੂ ਅ ਸੇਫ ਐਂਡ ਹੈਲਥੀਅਰ ਸਟਾਰਟ ਆਈ ਲਾਈਕ ਟੂ ਸ਼ੇਅਰ ਸਮ ਪਰਸਨਲ ਨਿਊਜ਼ ਆਫਟਰ 6 ਇਲੈਕਸ਼ਨਸ I've decided that the 2019 campaign was my last. I've also made the decision to step away as a cabinet minister. As many of you know, family is the most important thing in my life. They have sacrificed so much over the last 17 years. This last year has been hard on families. My daughters, who are in grade 5 and grade 8, have needed me more in the last year, and I've needed them too. It's time for me to put my family first, and I couldn't be happier about it. I'm very grateful for the trust my community has shown me. We are strong, diverse, and vibrant. Representing you has been one of the great privileges of my life. I also want to thank Prime Minister Trudeau for giving me the opportunity to serve Canadians for five years as the Minister of Innovation, Science, and Industry. It has been a tremendous honour to serve you and this country whether it was investing in canadians' innovation, building their skills, or executing the made in canada project, which helped canadians make personal protective equipment here at home. for me, it has always been about generating opportunities, investing in people, and creating jobs. as i think about this journey, there's so many people to thank. the terrific volunteers, the excellent non-partisan public servants, and finally, my fantastic staff. Each of you have worked around the clock for a stronger Canada. When I think of what we have achieved together, I would like to thank the volunteers, the excellent workers of the public service and my team of the Cabinet of Ministers. Thank you for your hard work for a stronger Canada plus I've lived the Canadian dream. I'm the son of a cabinet maker who's had the opportunity to serve as a cabinet minister. But it's time for me to focus on the most important job I have in life being a dad. I will continue to serve this community, and I know whoever replaces me will have the same dedication, gratitude, and humility for this great country. Thank you all very much. Merci beaucoup. ਤੇ ਕੈਨੇਡਾ ਦੀ ਇਸ ਖਬਰ ਤੋਂ ਬਾਅਦ ਦੁਬਈ ਤੋਂ ਵੀ ਵੱਡੀ ਖਬਰ ਆ ਰਹੀ ਹੈ ਕੁਵੈਤ ਦੇ ਵਿੱਚ ਸਿਆਸੀ ਸੰਕਟ ਕਾਫੀ ਗਰਮਾ ਗਿਆ ਤੇ ਕੁਵੈਤ ਦੇ ਵਿੱਚ ਸਰਕਾਰ ਤੇ ਸੰਸਦਾਂ ਦੇ ਵਿੱਚ ਵਿਵਾਦ ਜਿਹੜਾ ਚੱਲ ਰਿਹਾ ਹੈ ਉਸ ਦਰਮਿਆਨ ਸਾਰੇ ਮੰਤਰੀ ਮੰਡਲ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਸੰਸਦ ਵਿੱਚ ਚੁਣੇ ਗਏ ਨਵੇਂ ਚਿਹਰਿਆਂ ਚੋਂ ਕਰੀਬ 60% ਤੋਂ ਜ਼ਿਆਦਾ ਨੇ ਹਾਲ ਹੀ ਵਿੱਚ ਮંત્રી ਮੰਡਲ ਦੀਆਂ ਨਿਯੁਕਤੀਆਂ ਦੇ ਖਿਲਾਫ ਪ੍ਰਧਾਨ ਮੰਤਰੀ ਨੂੰ ਖੂਬ ਸਵਾਲ-ਜਵਾਬੀ ਕੀਤੇ ਜਿਸ ਤੋਂ ਬਾਅਦ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਰੀਬ 30 ਸੰਸਦਾਂ ਨੇ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾ ਲਿਆਂਦਾ ਸੀ ਤੇ ਇਹ ਕਦਮ ਦੱਸਦਾ ਹੈ ਕਿ ਦੇਸ਼ ਵਿੱਚ ਸਿਆਸੀ ਖਿੱਚੋ-ਤਾਣ ਦੇ ਕਾਰਨ ਕਾਫੀ ਅਸਥਿਰਤਾ ਫੈਲੀ ਹੈ। ਵਿਰੋਧੀ ਸੰਸਦ ਮੈਂਬਰਾਂ ਦੇ ਮੁਤਾਬਕ ਹੁਣ ਪ੍ਰਧਾਨ ਮੰਤਰੀ ਨੂੰ ਵੀ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।